ਅੱਗੇ ਤੋਂ ਵੱਧ ਸਾਰੀ ਨਵੀਂ ਹੈ, ਤਾਂ ਇਹ ਜਿਗਰੇ ਦਾ ਕੰਮ ਹੁੰਦਾ ਬਾਈ, ਤਾਂ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕ। ਸੋ ਆਪਾਂ ਅਕਸਰ ਵੇਖਿਆ ਪ੍ਰੀਮੀਅਰ ਜਾਂ ਸਕਰੀਨਿੰਗ 'ਤੇ ਜਦੋਂ ਮੇਕਰ ਆਪਣੀ ਫਿਲਮ ਦਿਖਾ ਦਿੰਦੇ ਆ ਖੁਸ਼ ਹੁੰਦੇ ਆ, ਰਾਈਟ, ਖੁਸ਼ ਹੋਣਾ ਬਣਦਾ ਵੀ ਆ। ਔਰ ਤੁਸੀਂ ਫਿਲਮ ਸਟਾਰਟ ਹੋਣ ਤੋਂ ਪਹਿਲਾਂ ਕਿਹਾ ਸੀਗਾ ਕਿ ਯਾਰ ਅਸੀਂ ਆਪਣੇ ਨਾ ਫੋਨ ਸਾਈਡ 'ਤੇ ਰੱਖੇ ਸੀਗੇ ਫਿਲਮ ਬਣਾਉਣ ਵੇਲੇ 2-2.5 ਸਾਲ, ਠੀਕ ਹੈ ਜੀ। ਇੱਥੋਂ ਇਹ ਜਾਪਦਾ ਕਿ ਹੈਪੀ ਭਾਈ ਨੇ ਬਹੁਤ ਮਿਹਨਤ ਕੀਤੀ ਸੀ, ਬਹੁਤ ਸਟਰਗਲ ਕੀਤੀ ਸੀ। ਮੈਨੂੰ ਲੱਗਦਾ ਕਿ ਅੱਜ ਉਹਨਾਂ ਦੀ ਖੁਸ਼ੀ ਦਾ ਦਿਨ ਹੋਣਾ ਚਾਹੀਦਾ ਆ, ਅੱਜ ਵੀ ਉਹ ਸਟਰਗਲ ਨਹੀਂ ਕਰਨੇ, ਮਤਲਬ ਅੱਜ ਵੀ ਤੁਸੀਂ ਸਟਰਗਲ ਕਰ ਰਹੇ ਹੋ, ਜਿੱਦਾਂ ਤੁਸੀਂ ਮੈਨਸ਼ਨ ਕੀਤਾ ਕਿ ਸਾਨੂੰ ਸ਼ੋਅ ਨਹੀਂ ਮਿਲ ਰਹੇ, ਹੈ ਨਾ। ਤਾਂ ਮੈਂ ਮਤਲਬ ਇਹ ਦਿਲ ਤੋਂ ਫੀਲ ਕੀਤਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ ਹੈਪੀ ਭਾਅ ਜੀ ਨਾਲ, ਕਿਉਂਕਿ ਉਹ ਆਲਰੇਡੀ 2-3 ਸਾਲ ਤੋਂ ਸਟੋਰੀ ਲਿਖਣ ਲਈ ਬਣਾਉਣ ਲਈ ਸਟਰਗਲ ਕਰ ਰਿਹਾ, ਅੱਜ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਸੀਗਾ। ਮਤਲਬ ਮੇਰਾ ਤਾਂ ਮੰਨਣਾ ਇਹ ਸੀਗਾ ਕਿ ਅਗਰ ਤੁਸੀਂ ਖੁਸ਼ ਹੁੰਦੇ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੋਣੀ ਸੀ ਦਿਲ ਤੋਂ, ਤਾਂ ਇਹ ਮੈਂ ਦੁਆ ਕਰਦਾ ਕਿ ਤੁਸੀਂ ਖੁਸ਼ ਹੋਵੋ ਮਤਲਬ ਅੱਗੇ ਆ ਜਾਓ। ਤੁਹਾਡੇ ਕਾਲਜ ਅਸੀਂ ਸਾਰੇ ਨਾ ਸਿਨੇਮਾ ਦੀ, ਮੈਂ ਬਹੁਤ ਟਾਈਮ ਤੋਂ ਜਿਵੇਂ 5-6 ਸਾਲ ਏਡੀ ਰਿਹਾ, ਹੁਣ ਮੈਂ ਸਕਰੀਨ ਪਲੇ ਲਿਖਿਆ ਆ, ਚਲੋ ਮੇਕਰ ਹੋਣ ਦੇ ਨਾਤੇ ਸਾਰਿਆਂ ਤੋਂ ਇਹੀ ਸੁਣਦੇ ਆਏ ਹਾਂ ਯਾਰ ਅੱਛੇ ਸਿਨੇਮਾ ਬਣਨਾ ਚਾਹੀਏ, ਯਹਾਂ ਪੇ ਪੰਜਾਬ ਮੇਂ ਅੱਛਾ ਸਿਨੇਮਾ ਬਣਨਾ ਚਾਹੀਏ, ਪੰਜਾਬ 'ਚ ਅੱਛਾ ਸਿਨੇਮਾ ਬਣਨਾ ਚਾਹੀਦਾ, ਬਹੁਤ ਗੱਲਾਂ ਸੁਣਦੀ ਆ। ਹੁਣ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕੌਣ ਪ੍ਰਮੋਟ ਕਰ ਰਿਹਾ ਸਾਨੂੰ? ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਸਿੰਪਥੀ ਲਾਉਣਾ ਹੀ, ਅਸੀਂ ਚਾਹੁੰਦੇ ਕਲਾ ਨੂੰ ਕਲਾ ਨਾਲ ਪ੍ਰਮੋਟ ਕੀਤਾ ਜਾਵੇ, ਨੰਬਰ 1। ਫਿਰ ਦੂਜੀ ਚੀਜ਼ ਸਾਨੂੰ ਕਿਹਾ ਗਿਆ ਕਿ ਹੱਕੀਆਂ ਚੱਕੀਆਂ ਜੀ ਤੁਸੀਂ ਫਿਲਮ 'ਚ, ਤੁਸੀਂ ਸਾਰਿਆਂ ਨੇ ਦੇਖ ਲਈ, ਉਹਦੇ ਰੀਜ਼ਨ ਜਸਟੀਫਾਈ ਕੀਤੇ ਅਸੀਂ। ਨੰਬਰ 1, ਹੋਕੀ ਤਾਂ ਕ੍ਰਿਕਟ ਦੇ ਦੌਰ ਦੇ ਵਿੱਚ ਨੈਸ਼ਨਲ ਸਪੋਰਟ ਹੋਕੀ ਹੈ ਪਹਿਲਾਂ ਤਾਂ। ਨੰਬਰ 2, ਜਿਹੜੀ ਹੋਕੀ ਗੋਲਡ ਮੈਡਲ ਲੈ ਕੇ ਆਉਂਦੀ ਹੈ ਜੀ, ਉਹ ਹੋਕੀ ਉਹਨਾਂ ਲਈ ਵੀ ਹੈ ਜਿਹੜੇ ਸਾਡੇ ਮੁੰਡਿਆਂ ਨੂੰ ਅੱਤਵਾਦੀ ਕਹਿੰਦੇ ਆ, ਉਹਨਾਂ ਲਈ ਵੀ ਹੈ ਜਿਹੜੇ ਸਾਡੇ ਮੁੰਡਿਆਂ ਦੇ ਪਿਸਤੌਲਾਂ ਦੇ ਕੇ ਹੱਥ 'ਚ ਉਹਨਾਂ ਨੂੰ ਗੈਂਗਸਟਰ ਕਹਿੰਦੇ ਆ, ਪਰ ਇਹ ਹੋਕੀਆਂ ਗਰਾਊਂਡ 'ਚ ਫੱਪਦੀਆਂ, ਅਸੀਂ ਇਹੀ ਕਹਿਣਾ ਚਾਹਾਂਗੇ ਪਰ ਹੋਣੀ ਚਾਹੀਦੀ ਹੈ ਫਿਲਮ। ਥੈਂਕ ਯੂ। ਇਹ ਨਿਰਾਸ਼ਾ, ਚਲੋ ਮੈਂ ਤੁਹਾਡੇ ਸਮਝ ਸਕਦਾ, ਪਰ ਇਹ ਮੁੱਢ ਹੈ ਕਿਸੇ ਚੀਜ਼ ਦਾ, ਕਿਸੇ ਚੀਜ਼ ਦਾ ਮੁੱਢ ਹੈ। ਜਦੋਂ ਆਪਾਂ ਸੱਚ ਬੋਲਦੇ ਹਾਂ, ਆਪਾਂ ਕੋਈ ਵਧੀਆ ਕੋਈ ਝੰਡਾ ਚੱਕਦੇ ਹਾਂ ਨਾ, ਤੁਸੀਂ ਭਗਤ ਸਿੰਘ ਦੀ ਗੱਲ ਕਰੀ, ਕਰਤਾਰ ਸਿੰਘ ਸਰਾਭਾ ਸਾਹਿਬ ਦੀ ਗੱਲ ਕਰੀ, ਜਦੋਂ ਆਪਾਂ ਝੰਡੇ ਚੱਕਦੇ ਹਾਂ ਤਾਂ ਨਿੱਚੇ ਗੱਲਾਂ ਕਾਫਲਾ ਘੱਟ ਹੁੰਦਾ, ਕਹਿੰਦੇ ਚੰਗੇ ਬੰਦਿਆਂ ਦਾ ਕਾਫਲਾ ਘੱਟ ਹੁੰਦਾ, ਆਪਾਂ ਚਾਹੇ ਘੱਟ ਸਹੀ, ਲੇਕਿਨ ਇੰਨੀ ਗੱਲ ਦੀ ਖੁਸ਼ੀ ਹੈ ਕਿ ਮੈਸੇਜ ਆਪਾਂ ਬਹੁਤ ਸੋਹਣਾ ਕਨਵੇ ਕੀਤਾ ਸਿਨੇਮੇ ਦੇ ਵਿੱਚ। ਔਰ ਤੁਸੀਂ ਅੱਛਾ, ਸਾਨੂੰ ਨਾ ਹਮੇਸ਼ਾ ਹੀ ਐਕਟਰਸ ਨੂੰ ਔਰ ਮੈਨੂੰ ਸਵਾਲ ਕੀਤੇ ਗਏ ਸੀ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਫਿਲਮ ਰਹੇ, ਤਾਂ ਮੈਂ ਅਸੀਂ ਸਾਰਿਆਂ ਨੂੰ, ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਿਲਕੁਲ ਇਹ ਗੱਲ ਨਹੀਂ ਕਹਿਣੀ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ, ਅਤੇ ਮੈਂ ਕਿਹਾ ਯਾਰ ਮੈਨੂੰ ਖੁਦ ਨੂੰ ਇਹ ਗੰਦੀ ਗੱਲ ਲੱਗਦੀ ਹੈ, ਕਿਉਂਕਿ ਲੋਕ ਸਾਡੇ ਕੋਲ ਬਹੁਤ ਸਿਆਣੇ ਆ, ਯੂਥ ਸੱਚੀ ਬਹੁਤ ਸਿਆਣਾ, ਅਸੀਂ ਕੌਣ ਹੁੰਦੇ ਹਾਂ, ਸਾਡੀ ਇੰਨੀ ਔਕਾਤ ਹੀ ਹੈ ਨਹੀਂ। ਪਰ ਅਗਰ ਅੱਜ ਤੁਸੀਂ ਸਾਰੇ ਕਹਿ ਰਹੇ ਹੋ ਵੀ ਹਾਂ ਫਿਲਮ 'ਚ ਮੈਸੇਜ ਹੈਗਾ, ਤਾਂ ਮੈਂ ਚਾਹੂੰਗਾ ਵੀ ਤੁਸੀਂ ਮੀਡੀਆ ਰਾਹੀਂ ਉਹ ਗੱਲ ਲੋਕਾਂ 'ਚ ਪਹੁੰਚਾਓ, ਹੈ ਨਾ। ਮੈਨੂੰ ਲੱਗਦਾ ਵੀ ਇਹ ਯੂਥ ਦੇ ਨਾਲ ਨਾਲ ਪਰਿਵਾਰਾਂ 'ਤੇ ਉਹਨਾਂ ਦੇ ਬੱਚਿਆਂ ਦੀ ਫਿਲਮ ਆ, ਮੈਨੂੰ ਲੱਗਦਾ ਸਾਰਿਆਂ ਬੱਚਿਆਂ ਨੂੰ ਜ਼ਿਆਦਾ ਵੇਖਣੀ ਚਾਹੀਦੀ ਹੈ ਨਾ। ਤਾਂ ਸਾਡਾ ਅੱਜ ਇਹ ਮੋਟਿਵ ਸੀ, ਤਾਂ ਪਹਿਲਾਂ ਵੀ ਮੈਂ ਕਿਹਾ ਵੀ ਜਿਹੜੀ ਅਸੀਂ ਤੁਹਾਨੂੰ ਪਹਿਲਾਂ ਫਿਲਮ ਨਹੀਂ ਦਿਖਾਈ, ਪ੍ਰੀਮੀਅਰ ਨਹੀਂ ਰੱਖਿਆ, ਉਹਦੀ ਵਜ੍ਹਾ ਇਹੀ ਸੀ ਕਿ ਫਿਲਮ ਸ਼ੁਰੂ ਹੋਣੀ ਸੀ ਫਰਾਈਡੇ, ਅਤੇ ਅਸੀਂ ਪਹਿਲਾਂ ਹੀ ਰੌਲਾ ਪਾ ਦਿੰਦੇ ਤਾਂ ਇੰਡਸਟਰੀ 2-3 ਚੀਜ਼ਾਂ ਅੱਗੇ ਹੋਈਆਂ ਨੇ। ਤਾਂ ਮੈਨੂੰ ਇਹ ਸੀ ਸਾਡੇ 'ਤੇ ਇਲਜ਼ਾਮ ਨਾ ਲੱਗੇ ਵੀ ਯਾਰ ਇਹ ਕੰਟਰੋਵਰਸੀ ਕਰ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ। ਹੁਣ ਜਿਹੜੀ ਗੱਲ ਕਹੀ ਆ ਔਨ ਰਿਕਾਰਡ ਆ। ਔਰ ਇੱਕ ਹੋਰ ਗੱਲ ਦੇਖੋ, ਕਿਸੇ ਫਿਲਮ ਦੇ 13 ਸ਼ੋਅ ਨੇ, 2.5 ਆ ਜਾਂ 1 ਆ, ਸਾਨੂੰ ਕੋਈ ਓਬਜੈਕਸ਼ਨ, ਸਾਨੂੰ ਤੁਸੀਂ ਇਹ ਨਹੀਂ ਵੀ ਤੜਕੇ 9:30 ਦੇ ਦਿਓ, ਰਾਤ ਨੂੰ 11 ਵਜੇ ਦੇ ਦਿਓ, ਤਾਂ ਉਹਦਾ ਮਤਲਬ ਵੀ ਉਹਨਾਂ ਸ਼ੋਅ 'ਚ ਕੋਈ ਨਹੀਂ ਆਉਂਦਾ, ਤਾਂ ਉਹ ਦੇ ਰਹੇ ਨੇ। ਅਸੀਂ ਚਾਹੁੰਦੇ 1 ਸ਼ੋਅ ਦੇ ਦਿਓ, ਦੁਪਹਿਰੇ 12 ਵਜੇ ਦੇ ਦਿਓ, ਸ਼ਾਮ ਨੂੰ 7 ਵਜੇ ਦੇ ਦਿਓ, 5 ਵਜੇ ਦੇ ਦਿਓ, ਜਿਸ ਟਾਈਮ 'ਤੇ ਆਮ ਲੋਕ ਉੱਥੇ ਜਾਂਦੇ ਨੇ, ਬਸ ਇਹ ਰਿਕੁਐਸਟ ਆ। ਅਤੇ ਦੂਜੀ ਗੱਲ, ਅੱਜ ਇੰਟਰਵਲ ਹੋਈ, ਅੱਜ ਸਕਰੀਨਿੰਗ ਆ, ਸਾਰਾ ਮੀਡੀਆ ਗਵਾਹ,
ਔਰ ਸਾਰੇ ਜਿੰਨੀ ਟਰਾਈ ਸਿਟੀ ਆ ਉਹ 'ਚ ਇਹ ਫੋਨ ਆਏ ਵੀ ਇੱਥੇ ਟਰਾਈ ਸਿਟੀ ਵਾਲਿਆਂ ਨੇ ਸਿਨੇਮੇ ਵਾਲਿਆਂ ਨੇ ਕੀ ਕੀਤਾ। ਦੇਖੋ ਮੈਨੂੰ ਜਾਣਦੇ ਨੇ ਸਾਰੇ ਅੱਛੇ ਮਿਲਵਰਤਨ ਵਾਲੇ, ਪਰ ਜੋ ਗਲਤ ਆ ਗਲਤ ਆ। ਅਸੀਂ ਸਿਨੇਮਾ ਨੂੰ ਪਿਆਰ ਕਰਦੇ, ਅਸੀਂ ਫਿਲਮ ਨੂੰ ਪਿਆਰ ਕਰਦੇ ਹਾਂ। ਮੈਂ ਤਾਂ ਤੁਹਾਨੂੰ ਵੀ ਰਿਕੁਐਸਟ ਕਰਤੀ ਵੀ ਯਾਰ ਫੋਨ ਬੰਦ ਕਰ ਦਿਓ, ਬਾਅਦ 'ਚ ਖੋਲਿਓ, ਹੈ ਨਾ। ਇੱਕ ਫਿਲਮ ਦੀ ਰਿਸਪੈਕਟ ਆ ਤਾਂ ਕੀ ਹੁੰਦਾ, ਬੰਦ ਕੀਤਾ, ਲੋਕ ਉੱਠ ਕੇ ਬਾਹਰ ਗਏ, ਇੱਕ ਮਿੰਟ ਬਾਅਦ ਫਿਲਮ ਚਲਾ ਦਿੰਦੇ, ਸਾਰੇ ਓਡੀ 'ਚ ਹੋਇਆ। ਜਦ ਲੋਕ ਅੰਦਰ ਆ ਕੇ ਬਹਿੰਦੇ ਆ 20 ਮਿੰਟ ਦੀ ਫਿਲਮ ਉਹ ਲੈਂਦਾ, ਸਕੂਟਰ ਗਾਣਾ ਲੰਘ ਚੁੱਕਿਆ ਹੁੰਦਾ, ਤਾਂ ਈਸ਼ਾ ਮੈਮ ਵਾਲੇ ਸੀਨ ਨੇ ਜਿਹੜੇ ਇਹਨੇ ਮਨ ਵਾਲੇ ਉਹ ਲੰਘ ਚੁੱਕੇ ਹੁੰਦੇ ਆ, ਲੋਕਾਂ ਨੂੰ ਸਮਝ ਨਹੀਂ ਲੱਗਦੀ ਬਹੁਤਿਆਂ ਨੂੰ। ਤਾਂ ਇਹ ਬਹੁਤ ਧੱਕਾ, ਇਹ ਬਹੁਤ ਧੱਕਾ। ਅੱਜ ਮੈਂ ਰੌਲਾ ਪਾਇਆ, ਮੈਂ ਕਿਹਾ ਤੁਸੀਂ ਕੀ ਕਰੀ ਜਾਂਦੇ ਅੱਜ, ਤੁਸੀਂ ਸਾਡੀ ਟੀਮ ਦੀ ਹਾਜ਼ਰੀ 'ਚ, ਮੀਡੀਆ ਦੀ ਹਾਜ਼ਰੀ 'ਚ ਕਰ ਰਹੇ ਹੋ, ਤਾਂ ਪਿੱਛੋਂ ਕਰ ਕੀ ਹੁੰਦਾ। ਬਸ ਮੇਰੀ ਰਿਕੁਐਸਟ ਆ, ਪਤਾ ਕੀ, ਦੇਖੋ ਇਹ ਕਾਰੋਬਾਰ ਸਾਰੇ ਇਹ ਫਿਲਮਾਂ ਨਾਲ ਹੀ ਨੇ, ਹੈ ਨਾ। ਇੱਕ ਪ੍ਰੋਡਿਊਸਰ 2 ਸਾਲ 2.5 ਸਾਲ ਲਾਉਂਦਾ, ਕਰੋੜਾਂ ਰੁਪਈਏ ਲਾਉਂਦਾ ਘਰੋਂ, ਪਤਾ ਨਹੀਂ ਕਿਵੇਂ ਔਖਾ ਹੋ ਕੇ ਲਾਉਂਦਾ, ਹੈ ਨਾ। ਐਕਟਰਾਂ ਦੀ ਕਿੰਨੇ ਸਾਲਾਂ ਦਾ ਸੰਘਰਸ਼ ਆ, ਤਾਂ ਫਾਰ ਐਗਜ਼ਾਮਪਲ 10 ਲੱਖ ਰੁਪਈਆ ਬਣਾਇਆ ਤਾਂ 5 ਤਾਂ ਇਹਨਾਂ ਨੇ ਜਾਣਾ ਸਾਰਿਆਂ ਨੇ, ਬਿਲਕੁਲ, ਹੈ ਨਾ। ਅਤੇ ਸਿਨੇਮਾ ਨੂੰ ਹੀ ਨਹੀਂ ਪ੍ਰਮੋਟ ਕਰਦੇ, ਪਰ ਪਤਾ ਨਹੀਂ ਕੌਣ ਲੋਕ ਨੇ ਉੱਥੇ ਬੈਠੇ, ਹੈ ਨਾ। ਤਾਂ ਉਹ ਰੋਡੇ ਕਾਲਜ ਨੂੰ ਰੋਡ ਕਾਲਜ ਕਹਿ ਰਹੇ ਆ, ਹੈ ਨਾ। ਔਰ ਉਹ ਪ੍ਰੋਗਰਾਮਰ ਨੇ ਜਿਹੜੇ ਬੰਬੇ ਬੈਠੇ, ਉਹ ਦਿੱਲੀ ਬੈਠੇ। ਮੈਂ ਤਾਂ ਸਾਰੇ ਯੂਥ ਨੂੰ ਅਪੀਲ ਕਰਦਾ ਯਾਰ, ਤੁਸੀਂ ਜਾਓ, ਤੁਸੀਂ ਪਹੁੰਚੋ ਇਹਨਾਂ ਸੀਟਾਂ 'ਤੇ। ਸਮਝ ਤਾਂ ਸਕਣ ਨਾ ਵੀ ਰੋਡੇ ਕਾਲਜ ਫਿਲਮ ਕਿਹਦੇ ਵਾਸਤੇ ਆ, ਅਤੇ ਇਹਨੂੰ ਸ਼ੋਅ ਦੇਣਾ ਕਿਉਂ ਬਣਦਾ, ਹੈ ਨਾ। ਤੁਸੀਂ ਬਿਨਾਂ ਕੁਛ ਜਾਣੇ ਹੀ, ਹੈ ਨਾ, ਪੰਜਾਬੀ ਦੀ ਤੁਹਾਨੂੰ ਰੂਟਸ ਨਹੀਂ ਪਤਾ, ਕੁਛ ਨਹੀਂ ਪਤਾ, ਹੈ ਨਾ। ਤਾਂ ਪਿੱਛੇ ਜੇ ਮੈਨੂੰ ਨਾ ਮੇਰੀ ਆਲੋਚਨਾ ਹੋਈ, ਕਹਿੰਦੇ ਯਾਰ ਤੂੰ ਇੰਗਲਿਸ਼ 'ਚ ਪੋਸਟਰ ਕਿਉਂ ਪਾ ਰਿਹਾ, ਕੁਛ ਫੇਸਬੁੱਕ 'ਤੇ ਪੜ੍ਹੇ ਲਿਖੇ ਲੋਕ ਹੁੰਦੇ ਨੇ, ਮੈਨੂੰ ਇਹ ਕਿਹਾ, ਕਹਿੰਦਾ ਤੇਰੇ ਤੋਂ ਉਮੀਦ ਨਹੀਂ ਸੀ। ਤਾਂ ਮੈਂ ਅੱਜ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਬਿਕੋਜ਼ ਸਿੰਘਾਂ ਵਾਲੇ ਮੂਰਖ ਲੋਕ ਹੁੰਦੇ ਨੇ, ਉਹਨਾਂ ਨੂੰ ਦੱਸਣ ਵਾਸਤੇ ਵੀ ਫਿਲਮ ਦਾ ਨਾ, ਅਸੀਂ ਤਾਂ ਇੰਗਲਿਸ਼ 'ਚ ਪੋਸਟਰ 'ਚ ਪੜ੍ਹਿਆ। ਇੱਕ ਬਹੁਤ ਜ਼ਰੂਰੀ ਗੱਲ, ਕਿਉਂਕਿ ਇਹ ਸਾਰੇ ਜਿਹੜੇ ਵੇਖ ਰਹੇ ਨੇ, ਹੈ ਨਾ, ਹਰ ਚੈਨਲ ਦੀ ਆਪਣੀ ਆਡੀਅੰਸ ਹੈ, ਸੋ ਉਹ ਬੇਸਿਕਲੀ ਸਾਨੂੰ ਸਾਰਿਆਂ ਨੂੰ ਤਾਂ ਦੇਖਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਤਾਂ ਆਪਣੀ ਡਿਊਟੀ ਆਲਰੇਡੀ ਕਰ ਰਹੇ ਹਾਂ। ਮੈਂ ਜ਼ਰੂਰ ਚਾਹਾਂਗੀ ਕਿ ਪਹਿਲਾਂ ਤਾਂ ਬੜੇ ਜਿਹੜੇ ਮਿਸਿੰਗ ਨੇ, ਜਿਨ੍ਹਾਂ ਨੇ ਤਾੜੀਆਂ ਵਜਵਾਈਆਂ, ਉਹ ਆਏ। ਸੋ ਮਹਾਵੀਰ ਸਰ, ਪਲੀਜ਼ ਸਰ, ਅੱਗੇ ਠੀਕ ਆ, ਸਤਿ ਸ਼੍ਰੀ ਅਕਾਲ। ਸਾਡੀ ਸਿਰਫ ਸ਼ੂਟਿੰਗ ਦੌਰਾਨ ਹੀ ਨਹੀਂ, ਉਸ ਤੋਂ ਪਹਿਲਾਂ ਰਾਈਟਿੰਗ ਦੌਰਾਨ ਵੀ ਇਹਨੂੰ 5-6 ਸਾਲ ਫਿਲਮ ਨੂੰ ਬਣਦਿਆਂ ਨੂੰ ਲੱਗੇ ਆ, ਇੰਨੀ ਲੰਮੀ ਮਿਹਨਤ ਹੈ ਸਾਡੀ। ਉਸ ਤੋਂ ਬਾਅਦ ਪੋਸਟ ਪ੍ਰੋਡਕਸ਼ਨ ਦਾ ਕੰਮ ਹੁੰਦਾ, ਔਰ ਸਾਨੂੰ ਇੱਕ ਮਾਰਨਿੰਗ ਸ਼ੋਅ, ਇੱਕ ਸ਼ਾਮ ਦਾ ਸ਼ੋਅ ਮਿਲ ਜੇ। ਇੱਥੇ 8 ਆਡੀ ਆ, ਘੱਟੋ ਘੱਟ 1 ਆਡੀ ਦੇ ਵਿੱਚ ਸਾਰੇ ਸ਼ੋਅ ਮਿਲਣੇ ਚਾਹੀਦੇ ਆ, ਤਾਂ ਕਿ ਜਿਹੜਾ ਜਿਸ ਮੌਕੇ ਦੇ ਉੱਤੇ ਵੀ ਆਵੇ ਉਹਨੂੰ ਸ਼ੋਅ ਵੇਖਣ ਨੂੰ ਮਿਲੇ, ਨਾ ਕਿ ਆਊਟ ਟਾਈਮ ਦੇ 'ਤੇ ਆ ਗਈ ਜੀ, ਉਹ ਜੀ ਅੱਧਾ ਘੰਟਾ ਪਹਿਲਾਂ ਹੋ ਗਿਆ। ਇੱਕ ਪੁਰਾਣੇ ਟਾਈਮ ਵਾਂਗੂ ਮੈਨੂੰ ਇਹ ਲੱਗਦਾ ਕਿ ਸ਼ੋਅ ਟਾਈਮ ਫਿਕਸ ਹੋਣਾ ਚਾਹੀਦਾ, ਜਿਸ ਤਰ੍ਹਾਂ ਪਹਿਲਾਂ ਸੀ ਕਿ 10 ਵਜੇ ਦਾ ਸ਼ੋਅ, ਵੀ 1 ਵਜੇ ਦਾ, ਵੀ 4 ਵਜੇ ਦਾ, ਮਤਲਬ ਫਿਕਸ ਹੋਵੇ। ਬੰਦੇ ਨੂੰ ਪਤਾ ਮੈਂ 3:30 ਵਜੇ ਗਿਆ ਤਾਂ ਮੈਂ 4 ਵਜੇ ਜਾ ਕੇ ਫਿਲਮ ਦੇਖ ਲੈਂਦੀ ਹਾਂ। ਹੁਣ ਇੱਥੇ ਆ ਕੇ ਵੇਖੀਦਾ 3:27 ਅਤੇ 9:11 ਅਤੇ ਕੁਛ ਕੁਛ ਪਤਾ ਨਹੀਂ, ਕਮਲ ਪਿਆ ਇੱਥੇ,
ਬਸ ਇਹ ਆ ਵੀ ਆਓ ਸ਼ਾਪਿੰਗ ਕਰੋ ਜੇ ਤੁਹਾਡਾ ਜੀਗਾ ਚੱਲ ਜਾ ਰਾਹ ਦੇਖ ਲਈ, ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਦੇ ਹੱਕ ਦੇ ਵਿੱਚ ਨਹੀਂ ਜਾਂਦੀ, ਕਿਉਂਕਿ ਤਨ ਮਨ ਅਤੇ ਧਨ ਦੇ ਨਾਲ ਅੱਗੇ ਨੇ ਫਿਲਮ ਬਣਾਈ ਹੁੰਦੀ ਆ, ਉਹਨੂੰ ਪ੍ਰੋਪਰ ਓਪਨਿੰਗ ਨਾ ਮਿਲੇ, ਪ੍ਰੋਪਰ ਸ਼ੋਅ ਨਾ ਮਿਲੇ ਤਾਂ ਬੰਦਾ ਕੀ ਕਰ ਸਕਦਾ। ਬਸ ਇੰਨੀ ਬੇਨਤੀ ਆ, ਪ੍ਰੋਪਰ ਸ਼ੋਅ ਮਿਲਣੇ ਚਾਹੀਦੇ ਆ ਹਰ ਫਿਲਮ। ਅਸੀਂ ਜੰਡਿਆਲੇ ਤੋਂ ਹੂਟਿੰਗ ਵਾਸਤੇ ਖਾਸ ਬੰਦੇ ਬੁਲਾਏ ਸੀ ਤਾਂ ਕਿ ਪ੍ਰੋਪਰ ਟਾਈਮਿੰਗ ਦੇ ਉੱਤੇ ਹੂਟਿੰਗ ਕਰ ਲਓ। ਮੈਂ ਅਸਲ 'ਚ ਨਾ ਮੈਂ ਇਮੋਸ਼ਨਲੀ ਬਹੁਤ ਹਰਟ ਹਾਂ, ਮੈਂ ਮਤਲਬ ਅਸੀਂ ਸਾਰਿਆਂ ਨੇ ਹਿੰਮਤ ਕਰਕੇ ਨਾ ਫਿਲਮ ਦਾ ਵਿਖਾ ਲੈਣ ਦੋ ਸਾਨੂੰ। ਬਿਲਕੁਲ ਬਿਲਕੁਲ ਨਹੀਂ, ਮੈਂ ਉਹੀ ਕਹੂੰਗਾ ਕਿ ਸਾਨੂੰ ਦੇਖ ਕੇ ਰਿਜੈਕਟ ਕਰੋ, ਸਾਨੂੰ ਬਿਨਾਂ ਦੇਖੇ ਰਿਜੈਕਟ ਨਾ ਕਰੋ। ਅਸੀਂ ਇਹ ਰਿਕੁਐਸਟ ਹੈ ਸਾਡੀ ਆਡੀਅੰਸ ਲਈ ਵੀ, ਬਾਕੀ ਸਾਰਿਆਂ ਲਈ ਵੀ, ਬੜੀਆਂ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਦੇਖ ਕੇ ਰਿਜੈਕਟ ਕਰ ਦਿਓ, ਬਿਨਾਂ ਦੇਖੇ ਰਿਜੈਕਟ ਨਾ ਕਰੋ, ਫਿਰ ਬਿਨਾਂ ਦੇਖੇ ਰਿਜੈਕਟ ਕਰਦੇ ਹੋ ਥੋੜ੍ਹਾ ਦੁੱਖ ਹੁੰਦਾ। ਮਤਲਬ ਸਾਰਿਆਂ ਨੇ ਬਹੁਤ ਅੱਛਾ, ਅਸੀਂ ਵੀ ਨਵੇਂ ਨੀਗੇ, ਸਾਰਿਆਂ ਨੇ ਮਿਹਨਤ ਕਰਕੇ ਆਏ ਆ ਪਹੁੰਚੇ, ਹੈ ਨਾ, ਅਤੇ ਜੇ ਸਾਡੀ ਫਿਲਮ ਆਡੀਅੰਸ ਤੱਕ ਪਹੁੰਚਾਉਣ ਹੀ ਨਹੀਂ ਦੇ ਰਹੇ, ਤੁਸੀਂ ਕੀ ਐਕਸਪੈਕਟ ਕਰ ਰਹੇ ਹੋ, ਸਿਨੇਮਾ ਕਿਵੇਂ ਬਦਲੂਗਾ। ਆਈ ਐਮ ਹਰਟ ਇਮੋਸ਼ਨਲੀ, ਸੌਰੀ। ਥੈਂਕ ਯੂ ਸੋ ਮਚ, ਤੁਸੀਂ ਸਾਰੇ ਅੰਦਰ ਰੋਏ, ਅਸੀਂ ਸਾਰੇ ਬਾਹਰ ਰੋ ਰਹੇ ਹਾਂ, ਬਹੁਤ ਵੱਡੀ ਗੱਲ ਹੈ। ਆਈ ਥਿੰਕ ਮੈਨੂੰ ਲੱਗਦਾ ਹੈ ਇਸ ਦੁਨੀਆ 'ਚ ਨੀਅਤ ਬਹੁਤ ਮੈਟਰ ਕਰਦੀ ਹੈ, ਜਦੋਂ ਸਾਫ਼ ਨੀਅਤ ਹੋਵੇ ਨਾ ਤੁਹਾਨੂੰ ਅੱਗੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਮੈਂ ਜਦੋਂ ਇੰਡਸਟਰੀ 'ਚ ਤੁਰੀ ਸੀ, ਮੈਨੂੰ ਬਹੁਤ ਲੋਕਾਂ ਨੇ ਕਿਹਾ ਸੀ ਇਸ ਇੰਡਸਟਰੀ 'ਚ ਇਵੇਂ ਹੁੰਦਾ ਇਵੇਂ ਹੁੰਦਾ, ਪਰ ਇਸ ਟੀਮ 'ਚ ਪ੍ਰੋਡਿਊਸਰ ਤੋਂ ਲੈ ਕੇ ਸਪੋਰਟ ਬੋਆਏ ਤੱਕ ਹਰੇਕ ਦੀ ਨੀਅਤ ਇੰਨੀ ਸੋਹਣੀ ਸੀ, ਇੰਨੀ ਪਿਆਰੀ ਸੀ, ਇੰਨਾ ਫੈਮਲੀਅਰ ਮਾਹੌਲ ਸੀਗਾ, ਅਤੇ ਜੇ ਇਹੋ ਜਿਹੇ ਪ੍ਰੋਡਿਊਸਰ ਇਹੋ ਜਿਹੇ ਡਾਇਰੈਕਟਰ ਅੱਗੇ ਨਹੀਂ ਆ ਸਕਦੇ ਨਾ, ਫਿਰ ਮੈਨੂੰ ਲੱਗਦਾ ਕਿਸੇ ਨੂੰ ਆਉਣ ਦੀ ਲੋੜ ਨਹੀਂ ਹੈ। ਮੈਨੂੰ ਇਹ ਲੱਗਦਾ ਆ ਕਿ ਹਰ ਇੱਕ ਕੁੜੀ ਦਾ ਸੁਪਨਾ ਹੁੰਦਾ ਆ ਕਿ ਉਹ ਅੱਗੇ ਆਵੇ ਐਜ਼ ਐਨ ਐਕਟਰ, ਪਰ ਉਹਨੂੰ ਉਹਦੇ ਘਰ ਦੇ ਅੱਗੇ ਨਹੀਂ ਆਉਣ ਦਿੰਦੇ, ਅਤੇ ਜੇ ਇਹੋ ਜਿਹੀ ਫਿਲਮਾਂ ਪ੍ਰਮੋਟ ਹੋਣਗੀਆਂ ਤਾਂ ਮੈਨੂੰ ਲੱਗਦਾ ਕੁੜੀਆਂ ਬਹੁਤ ਅੱਗੇ ਜਾਣਗੀਆਂ। ਅਤੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਫਿਲਮ ਨੂੰ ਜ਼ਰੂਰ ਦੇਖੋ ਅਤੇ ਜ਼ਰੂਰ ਪ੍ਰਮੋਟ ਕਰੋ, ਅਤੇ ਅਸੀਂ ਨਵੇਂ ਚਿਹਰੇ ਨਹੀਂ ਹਾਂ, ਸਾਰੇ ਜਾਣੇ ਬਹੁਤ ਮਿਹਨਤ ਨਾਲ ਆਏ ਨੇ ਅਤੇ ਬਹੁਤ ਸੋਹਣੇ ਕਲਾਕਾਰ ਨੇ, ਤੁਸੀਂ ਹੁੰਗਾਰਾ ਭਰੋਗੇ ਅਤੇ ਅਸੀਂ ਅੱਗੇ ਵਧਾਂਗੇ ਜੀ। ਥੈਂਕ ਯੂ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਮੈਨੂੰ ਇਸ ਗੱਲ ਤੋਂ ਹੀ ਬਹੁਤ ਮਾੜਾ ਲੱਗ ਰਿਹਾ ਕਿ ਆਪਣੇ ਕੋਲ ਸ਼ੋਜ਼ ਨਹੀਂ ਹੈਗੇ, ਐਂਡ ਮੈਂ ਆਹ ਚੀਜ਼ ਫੀਲ ਕੀਤੀ ਹੈ ਕਿ ਜਦੋਂ ਮੈਨੂੰ ਹੈਪੀ ਜੀ ਨੇ ਦੱਸਿਆ ਸੀਗਾ ਕਿ ਆਹ ਮੈਂ ਰੋਲ ਤੁਹਾਡੇ ਲਈ ਲਿਖਿਆ ਹੈ, ਕਿਉਂਕਿ ਕੋਈ ਵੀ ਕੁੜੀ ਸੁਣੂਗੀ ਤਾਂ ਕਹੂਗੀ ਅੱਛਾ ਮੇਰੇ ਤਾਂ ਦੋ ਹੀ ਸੀਨ ਹੈਗੇ ਆ, ਬਟ ਉਹ ਕਿੰਨੇ ਇੰਪੈਕਟਫੁੱਲ ਆ,
ਅਤੇ ਉਹ ਸਟੋਰੀ ਥਰੂ ਆਊਟ, ਕਿਉਂਕਿ ਮੈਨੂੰ ਜ਼ਿਆਦਾ ਮੈਟਰ ਕਰ ਰਿਹਾ ਸੀਗਾ ਕਿ ਸਬਜੈਕਟ ਕਿੰਨਾ ਸੋਲਿਡ ਹੈ, ਡਾਇਰੈਕਸ਼ਨ, ਐਗਜੀਕਿਊਸ਼ਨ ਜਿਸ ਤਰੀਕੇ ਨਾਲ ਹੋਇਆ। ਮੈਂ ਕਹਿੰਦੀ ਹਾਂ ਕਿ ਇਹੋ ਜਿਹੀਆਂ ਫਿਲਮਾਂ ਬਹੁਤ ਜ਼ਿਆਦਾ ਸਪੋਰਟ ਕਰਨੀਆਂ ਚਾਹੀਦੀਆਂ ਸਾਨੂੰ, ਐਂਡ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ, ਐਂਡ ਆਈ ਫੀਲ ਦੈਟ ਯੂ ਨੋ ਮਨਪ੍ਰੀਤ, ਕਵੀ, ਤਨਵੀਰ, ਇੱਕ ਇੱਕ ਕੈਰੇਕਟਰ ਇੰਨਾ ਸੋਹਣਾ ਕੰਮ ਕੀਤਾ, ਮਤਲਬ ਮੈਨੂੰ ਲੱਗਦਾ ਕਿ ਮਤਲਬ ਕਾਸ਼ ਮੈਨੂੰ ਵੀ ਇਹੋ ਜਿਹਾ ਕੈਰੇਕਟਰ ਮਿਲਦਾ। ਮੈਂ ਜੋ ਕਰ ਰਹੀ ਹਾਂ ਮੈਂ ਉਹਦੇ 'ਚ ਵੀ ਖੁਸ਼ ਹਾਂ, ਪਰ ਮੈਂ ਹੋਰ ਇਹੋ ਜਿਹੀਆਂ ਫਿਲਮਾਂ ਨੂੰ ਸਪੋਰਟ ਕਰਕੇ ਚਾਹੁੰਦੀ ਹਾਂ ਕਿ ਇਹੋ ਜਿਹੀਆਂ ਫਿਲਮਾਂ ਬਣਦੀਆਂ ਰਹਿਣ, ਐਂਡ ਜਿਵੇਂ ਹੈਪੀ ਜੀ ਨੇ, ਆਸ਼ੂ ਜੀ ਨੇ, ਸਾਡੇ ਪ੍ਰੋਡਿਊਸਰਸ ਨੇ, ਜਤਿਨ, ਸਮਰ ਜੋ ਸਾਡੀ ਡਾਇਰੈਕਸ਼ਨ ਟੀਮ ਆ, ਕਦੋਂ ਦੇ ਲੱਗੇ ਹੋਏ ਯਾਰ, ਐਂਡ ਇੰਨੇ ਟਾਈਮ ਦੀ ਮਿਹਨਤ, ਜਦੋਂ ਆ ਆਖਰੀ ਦਿਨਾਂ 'ਚ ਆ ਸਾਰਾ ਕੁਛ ਹੁੰਦਾ ਨਾ, ਇਟਸ ਨੋਟ ਈਜ਼ੀ, ਲੇਕਿਨ ਫਿਰ ਵੀ ਅੱਜ ਸਾਰੇ ਜਾਣੇ ਆਪਣੇ ਆਪ ਨੂੰ ਪੱਕਾ ਕਰਕੇ ਇੱਥੇ ਖੜ੍ਹੇ ਆ। ਸਾਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ ਕਿ ਮੀਡੀਆ ਸਾਨੂੰ ਸਪੋਰਟ ਕਰ ਰਹੀ ਹੈ, ਮੀਡੀਆ ਨੂੰ ਫਿਲਮ ਦੇਖ ਕਰ, ਇਹ ਨਹੀਂ ਹੈਗਾ ਕਿ ਅਸੀਂ ਤੁਹਾਡੇ ਤੋਂ ਬੁਲਵਾ ਰਹੇ ਹਾਂ, ਤੁਸੀਂ ਆਪ ਫਿਲਮ ਦੇਖੀ ਆ, ਤੁਸੀਂ ਆਪ ਉਹਦਾ ਰਿਵਿਊ ਦਿੱਤਾ, ਐਂਡ ਕੋਈ ਪ੍ਰੈਸ਼ਰ ਨਹੀਂ ਹੈਗਾ, ਐਂਡ ਸਾਰਿਆਂ ਦੀ ਸ਼ਕਲਾਂ ਤੋਂ ਨਾ ਪਤਾ ਲੱਗ ਜਾਂਦਾ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਮੈਂ ਜਦੋਂ ਪ੍ਰੀਮੀਅਰ ਤੋਂ ਬਾਹਰ ਨਿਕਲਦੀ ਹਾਂ ਮੈਂ ਤਾਂ ਭੱਜ ਜਾਂਦੀ ਹਾਂ ਕਿ ਮੈਨੂੰ ਝੂਠ ਨਾ ਬੋਲਣਾ ਪੈ ਜੇ, ਪਰ ਅੱਜ ਮੈਂ ਇੱਥੇ ਰੋਡੇ ਕਾਲਜ ਦੀ ਟੀ ਸ਼ਰਟ ਪਾ ਕੇ ਖੜ੍ਹੀ ਹਾਂ, ਬਹੁਤ ਪ੍ਰਾਊਡਲੀ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ, ਐਂਡ ਆਈ ਰੀਅਲੀ ਵਾਂਟ ਕਿ ਆਹ ਫਿਲਮ ਬਹੁਤ ਵਧੀਆ ਕੰਮ ਕਰੇ, ਕਿਉਂਕਿ ਇਹ ਵਧੀਆ ਕੰਮ ਕਰੂਗੀ ਤਾਂ ਹੀ ਹੋਰ ਸਿਨੇਮਾ ਆਊਗਾ, ਤਾਂ ਹੀ ਸਾਡੇ ਪ੍ਰੋਡਿਊਸਰ ਫਿਰ ਬਣਾਉਣਗੇ ਰੋਡੇ ਕਾਲਜ 2। ਹੈਪੀ ਵੀਰੇ, ਬੈਂਕ ਸਵਾਗਤ। ਹਾਂਜੀ ਹਾਂਜੀ, ਮੈਂ ਮੁੰਡੇ ਰਿਵਿਊ ਵੀ ਲੈ ਰਹੀ ਸੀ ਤਾਂ ਬੜੇ ਜਣੇ ਕਹਿੰਦੇ ਨੇ, ਮੈਂ ਕਿਹਾ ਕਿਹੜੇ ਕਿਹੜੇ ਐਲੀਮੈਂਟਸ ਕਿਹਨਾਂ ਆਰਟਿਸਟ ਦੇ ਚੰਗੇ ਲੱਗੇ, ਉਹ ਕਹਿ ਰਹੇ ਸੀ ਤੁਸੀਂ ਸਕਰੀਨ 'ਤੇ ਜਦੋਂ ਆ ਰਹੇ ਸੀ ਕੁਛ ਨਿਊ ਇਮੋਸ਼ਨ ਐਡ ਹੁੰਦਾ ਸੀ, ਐਂਡ ਮਾਨਵ ਵਿੱਚ ਭਾਜੀ ਜਦੋਂ ਆ ਰਹੇ ਸੀ ਉਹਨਾਂ ਨੇ ਮਿਲ ਕੇ ਕੰਮ ਕੀਤਾ, ਫੇਸ 'ਤੇ ਸਾਰਿਆਂ ਦੇ ਸਮਾਈਲਾਂ ਨੇ, ਕਿਉਂਕਿ ਤੁਹਾਨੂੰ ਪਤਾ ਕਿ ਫਿਲਮ ਜਿਹਨਾਂ ਨੇ ਦੇਖਿਆ ਨਾ ਮੈਨੂੰ ਪਸੰਦ ਆਈ, ਬਟ ਅੰਦਰ ਜੋ ਚੱਲ ਰਿਹਾ ਔਰ ਫਿਰ ਦੇਖੋ ਤੋਂ ਬਾਅਦ ਖੁਦ ਨੂੰ ਜਿਸ ਕਰੈਕਟਰ ਤੋਂ ਇਮੋਸ਼ਨ ਲੈ ਕੇ ਬਾਹਰ ਆਇਓ, ਤਾਂ ਤੁਹਾਡੇ ਪੁਆਇੰਟ ਆਫ ਵਿਊ ਔਰ ਇਮੋਸ਼ਨ ਜਾਣਨਾ ਚਾਹੁੰਦਾ। ਇਮੋਸ਼ਨਸ ਇੱਕ ਐਕਟਰ ਵਾਸਤੇ ਸਭ ਤੋਂ ਵੱਡੀ ਖੁਰਾਕ ਹੁੰਦੀ ਹੈ, ਐਪਰੀਸੀਏਸ਼ਨ, ਐਪਰੀਸੀਏਸ਼ਨ ਜਦੋਂ ਮਿਲਦੀ ਆ ਤਾਂ ਬਹੁਤ ਵਧੀਆ ਲੱਗਦਾ, ਅਤੇ ਬਟ ਇਹ ਐਪਰੀਸੀਏਸ਼ਨ ਉਦੋਂ ਹੋਰ ਡਬਲ ਹੋ ਜਾਂਦੀ ਹੈ ਜਦੋਂ ਸਾਨੂੰ ਪਤਾ ਹੁੰਦਾ ਕਿ ਸਾਡੇ ਪ੍ਰੋਡਿਊਸਰ ਸੇਫ ਨੇ, ਹੈ ਨਾ, ਐਟਲੀਸਟ ਉਹ ਬਹੁਤੀ ਕਮਾਈ ਨਹੀਂ ਕਰ ਰਹੇ ਪਰ ਜੋ ਉਹਨਾਂ ਦਾ ਪੈਸਾ ਲੱਗਿਆ ਐਟਲੀਸਟ ਉਹ ਵਾਪਸ ਆ ਰਿਹਾ ਹੋਵੇ ਤਾਂ ਉਹ ਤੁਹਾਡੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ। ਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਚੰਗਾ ਕੰਮ ਕੀਤਾ, ਜਿੰਨੇ ਵੀ ਲੋਕ ਦੇਖ ਰਹੇ ਨੇ ਮੈਂ ਚੰਗਾ ਕੰਮ ਕੀਤਾ ਉਹ ਇਹ ਕਹਿ ਰਹੇ ਨੇ, ਪਰ ਜਿਹੜੇ ਨਹੀਂ ਦੇਖ ਰਹੇ ਮੈਂ ਉਹਨਾਂ ਨੂੰ ਹੀ ਵਾਰ ਵਾਰ ਇਹ ਰਿਕੁਐਸਟ ਕਰਦਾ ਕਿ ਤੁਸੀਂ ਬੇਸ਼ੱਕ ਮੈਨੂੰ ਰਿਜੈਕਟ ਕਰ ਦਿਓ ਪਰ ਦੇਖ ਕੇ ਰਿਜੈਕਟ ਕਰੋ, ਬਿਨਾਂ ਦੇਖੇ ਮੈਨੂੰ ਰਿਜੈਕਟ ਕਰੋਗੇ ਤਾਂ ਮੈਨੂੰ ਦੁੱਖ ਹੋਏਗਾ, ਫਿਰ ਡਿਸਅਪੁਆਇੰਟਮੈਂਟ ਹੋਏਗੀ। ਮੈਂ ਸਾਡੇ ਪੰਜਾਬ ਨੂੰ ਜਾਣਦਾ, ਸਾਡੇ ਪੰਜਾਬ ਦੇ ਸਪਿਰਿਟ ਨੂੰ ਜਾਣਦਾ, ਮੈਂ ਆਪ ਉਸ ਪੰਜਾਬ ਦੀ ਸਪਿਰਿਟ ਦਾ ਹਿੱਸਾ, ਅਤੇ ਇਸ ਕਰਕੇ ਮੈਂ ਜਾਣਦਾ ਕਿ ਸਾਡੇ ਪੰਜਾਬੀ ਹਮੇਸ਼ਾ ਆਪਣੇ ਗੁਰਾਂ ਦੀ ਧਰਤੀ ਹੈ ਨਾ, ਕਹਿ ਦਿੰਦੇ ਆ ਇਹ ਤਾਂ ਗਰੀਬ ਦੇ ਨਾਲ ਖੜ੍ਹਦੇ ਨੇ, ਇਹ ਤਾਂ ਨਿਮਾਣਿਆਂ ਦਾ ਮਾਣ ਬਣਦੇ ਨੇ, ਅਤੇ ਅਸੀਂ ਨਿਮਾਣੇ ਹੋ ਕੇ ਤੁਹਾਡੇ ਦਰ 'ਤੇ ਆਏ ਹਾਂ। ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਖੜੋਗੇ, ਦੇਖਿਓ, ਦੇਖ ਕੇ ਬੇਸ਼ੱਕ ਰਿਜੈਕਟ ਕਰ ਦਿਓ, ਸਿਰ ਮੱਥੇ ਲਵਾਂਗੇ ਪਰ ਬਿਨਾਂ ਦੇਖੇ ਨਾ। ਹਾਂ ਸੀ, ਔਖਾ, ਸੋਹਣਾ ਸਵਾਲ ਆ ਤੁਹਾਡਾ। ਤਾਂ ਸਵੇਰ ਤੋਂ ਹੀ ਨਾ ਸਾਨੂੰ ਸਾਰਿਆਂ ਨੂੰ ਹੀ ਇੱਕ ਹੌਲ ਜਿਹਾ ਪੈਣ ਲੱਗ ਗਿਆ ਸੀ ਵੀ ਅਸੀਂ ਇਹ ਸੀਨ ਸ਼ੂਟ ਕਰਨਾ, ਹੈ ਨਾ। ਤਾਂ ਬੇਸਿਕਲੀ ਇਹੀ ਨਹੀਂ, ਜਦੋਂ ਬੱਬੂ ਦੀ ਡੈਥ ਵਾਲਾ ਸੀਨ ਸੀ ਨਾ, ਤਾਂ ਉਹ ਵੀ ਅਸੀਂ ਮੇਰੇ ਪਿੰਡ ਦੇ ਬੰਦੇ ਸੀ, ਮੈਂ ਕਿਹਾ ਵੀ ਸੀਨ ਸ਼ੂਟ ਕਰਨਾ, ਉਹ ਕਹਿੰਦੇ ਕਰ ਲਓ ਬਾਈ, ਕਿਉਂਕਿ ਸਾਰਾ ਪਿੰਡ ਹੀ ਆਪਦਾ ਸੀ। ਤਾਂ ਜਦੋਂ ਜਾ ਕੇ ਨਾ ਅਸੀਂ ਉਹਨਾਂ ਦੇ ਸੱਥਰ ਵਿਛਾਰਿਆ ਘਰੇ,
ਤਾਂ ਤੁਸੀਂ ਯਕੀਨ ਮੰਨੋ ਟੀਮ ਸਾਰੀ ਤਿਆਰੀ ਕਰ ਰਹੀ ਸੀ ਤਾਂ ਮੇਰੇ ਅੰਦਰ ਇੰਨਾ ਕੁਛ ਚੱਲ ਰਿਹਾ ਸੀ। ਮੈਂ ਕਿਹਾ ਯਾਰ ਇੱਕ ਵਸਦੇ ਘਰ ਦੇ ਅੰਦਰ ਅਸੀਂ ਆ ਕੇ ਫਿਲਮ ਦੇ ਸ਼ੂਟ ਵਾਸਤੇ ਹੈ ਨਾ 70 ਵਿਛਾਈ ਕਰਦੇ ਹਾਂ ਤਾਂ ਕੀ ਇਹ ਪੋਸੀਬਲ ਆ ਵੀ ਯਾਰ ਅੱਜ ਮਨਾ ਕਰਨ ਹੁਣ ਮਨਾ ਕਰਨ। ਪਰ ਸੱਚੀ ਲੋਕਾਂ ਨੇ ਸਾਥ ਦਿੱਤਾ ਹੈ ਨਾ, ਲੋਕਾਂ ਨੇ ਸਾਥ ਦਿੱਤਾ ਔਰ ਸੇਮ ਉਹੀ ਜਦੋਂ ਸੀਨ ਉਹ ਕਲਾਈਮੈਕਸ ਵਾਲਾ ਸੀ ਤਾਂ ਮੈਨੂੰ ਲੱਗਦਾ ਸਾਰੇ ਹੀ ਅਸੀਂ ਅਪਸੈਟ ਫੀਲ ਹੈ। ਤੁਸੀਂ ਯਕੀਨ ਮੰਨਿਓ ਕਿਉਂਕਿ ਇਮੋਸ਼ਨਸ ਜਦੋਂ ਕਲਾ ਤੁਸੀਂ ਦਿਲ ਨਾਲ ਕਰਦੇ ਹੋ ਨਾ, ਇਮਾਨਦਾਰੀ ਨਾਲ ਕਰਦੇ ਹਾਂ ਤਾਂ ਉਹ ਲੋਕਾਂ ਦੇ ਦਿਲਾਂ ਤੱਕ ਸੱਚੀ ਪਹੁੰਚਦੀ ਆ। ਅਸੀਂ ਇੱਥੇ ਬਹੁਤ ਸਟਰੋਂਗਲੀ ਕਰਦੇ ਹਾਂ ਤਾਂ ਜਦੋਂ ਸਾਰੇ ਲੱਖੀ ਬੱਲੂ ਮਾਸਟਰ ਪਿਤਾ ਸਾਰੇ ਹੈ ਨਾ ਉਹ ਰੋ ਰਹੇ ਸੀ ਹੈ ਨਾ, ਸਾਰੀ ਮੁਸਕਾਨ ਮਨਪ੍ਰੀਤ, ਤੁਸੀਂ ਯਕੀਨ ਮੰਨਿਓ ਸੀਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਿਆ ਸੀ ਜਾਣਦੇ ਹਾਂ। ਬੱਲੂ ਨੂੰ ਤਾਂ ਮਤਲਬ ਉਲਟੀਆਂ ਲੱਗ ਗਈਆਂ ਸੀ ਹੈ ਨਾ, ਤਾਂ ਕਿਉਂਕਿ ਉਹ ਮਾਹੌਲ ਉੱਦਾਂ ਦਾ ਰਚਿਆ ਹੋਇਆ ਸੀ ਉੱਥੇ। ਤਾਂ ਸੱਚੀ ਜਿੰਨੇ ਲੋਕਾਂ ਨੇ ਦੇਖੀ ਆ, ਤੁਸੀਂ ਦੇਖੀ ਮੀਡੀਆ ਨੇ, 125 ਐਕਟਰ, 58 ਲੋਕੇਸ਼ਨਾਂ, 2000 ਦਾ ਜੂਨੀਅਰ ਆਰਟਿਸਟਾਂ ਦਾ ਕੱਦ ਹੈ ਨਾ, ਬੱਸਾਂ ਭੰਨ ਤੋੜ ਸਾੜ ਭਰੇ ਹੋਏ ਇੰਨੇ ਨੇ ਫਰੇਮ ਹੈ ਨਾ, ਔਰ 2 ਘੰਟੇ 48 ਮਿੰਟ ਦੀ ਫਿਲਮ ਹੈ ਨਾ ਉਹ ਸ਼ੂਟ ਕਰਕੇ ਪਰਦੇ 'ਤੇ ਲਿਆਉਣੀ ਹੈ ਨਾ। ਉਹ ਸੱਚੀ ਜਦੋਂ ਪਿੱਛੇ ਵੇਖਦਾ ਨਾ ਹੁਣ ਮੈਨੂੰ ਡਰ ਲੱਗਦਾ ਹੈ ਨਾ, ਸੱਚੀ ਡਰ ਲੱਗਦਾ ਵੀ ਯਾਰ ਕਿੱਡਾ ਵੱਡਾ ਮੰਗਾ ਲਿਆ ਸੀ ਹੈ ਨਾ। ਪਰ ਜਦ ਤੁਸੀਂ ਕਲਾ ਨਾਲ ਜੁੜੇ ਹੁੰਦੇ ਆ ਤਾਂ ਤੁਸੀਂ ਇੱਕ ਵਹਿਣ 'ਚ ਬਹਿ ਵੀ ਹੁੰਦੇ ਆ ਨਾ, ਤਾਂ ਉਹ ਕਰ ਲਿਆ ਬਸ। ਨਹੀਂ ਨਹੀਂ ਦੇਖੋ ਜੀ, ਟੀਮ ਤਾਂ ਦੇਖੋ ਅੱਜ ਜਦੋਂ ਮੀਡੀਆ ਸਕਰੀਨਿੰਗ ਹੁੰਦੀ ਹੈ ਨਾ ਜਾਂ ਪ੍ਰੀਮੀਅਰ ਹੁੰਦਾ ਅਤੇ ਜ਼ਿਆਦਾਤਰ ਕਾਸਟ ਭੰਗੜੇ ਪਾਉਂਦੀ ਆਉਂਦੀ ਆ, ਆਪਦੀਆਂ ਫੈਮਲੀਆਂ ਨੂੰ ਬੁਲਾਉਂਦੇ ਆ ਹੈ ਨਾ, ਦੋਸਤਾਂ ਨੂੰ ਬੁਲਾਉਂਦੇ ਆ, ਪਰ 10-10 ਸੀਟਾਂ 'ਤੇ ਬੈਠ ਜਾਂਦੇ ਸਾਰੇ ਜਾ ਕੇ ਪੂਰੀਆਂ ਚਿਹਰਾਂ 'ਤੇ। ਤਾਂ ਤੁਸੀਂ ਦੇਖਿਆ ਹੁਣ ਕਿਸੇ ਨੂੰ ਇਹ ਨਹੀਂ ਸੀ ਮੈਂ ਉੱਪਰ ਬੈਠਾ, ਅਸੀਂ ਫਟ ਫੜ ਕੇ ਬਿਠਾਇਆ, ਆਂਟੀ ਨਾਲ ਸੀ, ਅਸੀਂ ਇਹਨਾਂ ਨੂੰ ਬਿਠਾ ਰਹੇ ਕਿ ਤੁਸੀਂ ਤਾਂ ਬੈਠ ਜਾਓ ਹੈ ਨਾ, ਤਾਂ ਜਾਂ ਸਾਡੇ ਕੁਛ ਫੈਮਿਲੀ ਫਰੈਂਡ ਸੀ, ਐਡਵੋਕੇਟਸ ਆਏ ਹੋਏ ਸੀ, ਉਹ ਬੈਠ ਗਏ। ਤਾਂ ਕਿਉਂਕਿ ਇਹਨਾਂ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਹੈ ਨਾ, ਮੈਨੂੰ ਤਾਂ ਕਾਫੀ ਸਾਰੀ ਇੰਡਸਟਰੀ ਨੂੰ ਵੀ ਪਤਾ ਸੀ ਵੀ ਫਿਲਮ ਕੀ ਬਣੀ ਹੈ, ਫਿਲਮਾਂ ਔਫਰ ਹੋ ਰਹੀਆਂ ਨੇ, ਇਹਨਾਂ ਨੂੰ ਵੀ ਹੋ ਰਹੀਆਂ, ਮੈਨੂੰ ਵੀ ਅੱਜ ਤੋਂ 2 ਮਹੀਨੇ ਪਹਿਲਾਂ ਹੀ ਫਿਲਮਾਂ ਔਫਰ ਹੋ ਰਹੀਆਂ ਸੀ ਬਈ ਆਪਾਂ ਫਿਲਮ ਕਰਨੀ ਅੱਗੇ। ਪਰ ਸੱਚ ਜਾਣਿਓ ਨਾ ਮੈਂ ਕੋਈ ਮੀਟਿੰਗ ਕੀਤੀ ਨਾ ਮੈਂ ਕਰ ਰਿਹਾ, ਕਿਉਂਕਿ ਮੇਰਾ ਸਾਰਾ ਧਿਆਨ ਫੋਕਸ ਇਹਦੇ 'ਤੇ ਆ ਵੀ ਜਿਹੜੇ ਸਾਡੇ ਪ੍ਰੋਡਿਊਸਰ ਦੇ ਪੈਸੇ ਲੱਗੇ ਨੇ ਉਹਨਾਂ ਦੀ ਕਿੰਨੀ ਰਿਕਵਰੀ ਹੋ ਸਕਦੀ, ਕਿਵੇਂ ਹੋ ਸਕਦੀ ਆ, ਉਹਦੇ ਵਾਸਤੇ ਸਾਰੇ ਤੱਤਪਰ ਆ ਹੈ ਨਾ, ਤਨਵੀਰ ਬੋਂਬੇ ਨਹੀਂ ਜਾ ਰਿਹਾ, ਸਾਰੇ ਇੱਥੇ ਖੜ੍ਹੇ ਨੇ, ਸਾਰੀ ਟੀਮ ਬਾਕੀ ਹੈ ਨਾ। ਤਾਂ ਅਸੀਂ ਹੱਲਾ ਬੋਲਾਂਗੇ ਹੈ ਨਾ, ਰਿਕੁਐਸਟ ਕਰਾਂਗੇ ਪਹਿਲਾਂ, ਤਾਂ ਫਿਰ ਐਜੀਟੇਸ਼ਨਾਂ ਲੜਦੇ ਆਏ ਹਾਂ ਮਾਲਵੇ ਦੇ ਹਾਂ, ਲੜਾਂਗੇ ਹੈ ਨਾ। ਇੰਡਸਟਰੀ ਨੇ ਸਾਥ ਵੀ ਬਹੁਤ ਦਿੱਤਾ ਸਾਡਾ, ਜਿਨ੍ਹਾਂ ਨੇ ਸਾਥ ਦਿੱਤਾ ਥੈਂਕ ਯੂ। ਕੀ ਹੁੰਦਾ ਆਉਂਦੇ ਦਿਨਾਂ 'ਚ ਜਿਹੋ ਜਿਹੇ ਹਾਲਾਤ ਬਣਨਗੇ ਲੜਾਂਗੇ, ਪਰ ਕਿਉਂਕਿ ਦੀਪ ਵੀ ਅਸੀਂ ਹਾਂ ਗੁਰਦੀਪ ਵੀ ਅਸੀਂ ਹਾਂ ਹੈ ਨਾ, ਤਾਂ ਮੈਨੂੰ ਲੱਗਦਾ ਅਸੀਂ ਮਰ ਸਕਦੇ ਹਾਰ ਨਹੀਂ ਸਕਦੇ। ਥੈਂਕ ਯੂ, ਤੁਹਾਡੀ ਸਾਰਿਆਂ ਦੀ ਲੋੜ ਆ ਸਾਥ ਦੇ, ਘੱਟੋ ਘੱਟ ਸਾਡੀ ਇੱਕੋ ਹੀ ਲੜਾਈ ਆ ਵੀ ਸਾਨੂੰ 5-4 ਦਿਨ ਵਾਸਤੇ ਜਿਹੜੀ ਇਹ ਵੱਡੀ ਟਰਾਈ ਸਿਟੀ ਬੋਲਦੇ ਤੁਸੀਂ ਇਹਨੂੰ, ਟਰਾਈ ਸਿਟੀ ਐਡੀ ਰੁੱਖੀ ਨਾ ਹੋਵੇ ਹੈ ਨਾ, ਐਡੀ ਜਿਵੇਂ ਕਹਿ ਲਈ ਪੱਥਰ ਦਿਲ ਨਾ ਬਣੇ, ਆਪਦੇ ਜਵਾਕਾਂ ਬੱਚਿਆਂ ਦੀ ਫਿਲਮ ਨੂੰ ਇੱਕ ਇੱਕ ਸੀਨ ਜਿਹੜਾ ਸ਼ੋ ਆ ਉਹ ਘੱਟੋ ਘੱਟ ਪ੍ਰਾਈਮ ਸ਼ੋ ਇੱਕ ਇੱਕ ਜ਼ਰੂਰ ਦੇ ਦਿਓ ਹੈ ਨਾ, ਜਦੋਂ ਅੱਗੇ ਕੋਈ ਹੋਰ ਫਿਲਮਾਂ ਆਉਣਗੀਆਂ ਅਗਰ ਇਸ ਫਿਲਮ ਦਰਸ਼ਕ ਨਹੀਂ ਹੋਣਗੇ ਤਾਂ ਉਤਾਰ ਦੇ ਨਾ, ਘੱਟੋ ਘੱਟ ਦਰਸ਼ਕ ਜਿਹੜਾ ਕੰਮ ਧੰਦੇ ਵਾਲਾ ਬੰਦਾ ਯਾਰ ਉਹ ਸਵੇਰੇ 9 ਵਜੇ ਜਾਂ ਰਾਤ ਨੂੰ 11 ਵਜੇ ਨਹੀਂ ਫਿਲਮ ਦੇਖ ਸਕਦਾ, ਇਹ ਬਹੁਤ ਧੱਕਾ ਹੈ ਨਾ। ਥੈਂਕ ਯੂ ਸਾਰਿਆਂ ਦਾ, ਬਸ ਆਹੀ ਰਿਕੁਐਸਟ ਆ ਸਰ। ਡਾਇਲੋਗ ਔਰ ਡਾਇਰੈਕਟਰ ਸਾਹਿਬ ਦੀ ਕਿੰਨੀ ਮਿਹਨਤ ਹੈ, ਕਿੰਨੀ ਸੁੰਦਰ ਕਲਾਕਾਰ ਜੋ ਮੈਂ ਦੇਖਿਆ ਨੁੱਕੜ ਉਹਦਾ
ਖੜਾ ਕੀਤਾ ਉੱਥੇ, ਕਿੰਨਾ ਕੁਛ ਕੀਤਾ, ਕਿੰਨੀ ਮਿਹਨਤ ਕੀਤੀ ਹੈ। ਮੇਰੀ ਗੱਲ ਜੇ ਸਾਰੇ ਸਾਹਮਣੇ ਸਭ ਤੋਂ ਬੈਸਟ ਗੇਮ ਤੁਸੀਂ ਦੂਸਰਾ ਵੀ ਨਾ ਹੈਗਾ ਭਾਗ ਹੋਣ ਅਨਾਊਂਸਮੈਂਟ ਕਰ ਦਿਓ, ਇਹ ਸੁੱਖ ਉੱਪਰ ਹੀ ਉੱਤੇ ਆਉਣੀ। ਥੈਂਕ ਯੂ, ਥੈਂਕ ਯੂ। ਔਰ ਰੀਅਲ ਸਟੋਰੀ ਹੈ ਮੇਰੇ ਗੱਲ 'ਚ, ਇਹ ਸਾਡੇ ਪ੍ਰੋਡਿਊਸਰ ਨੇ ਜੀ ਆਸ਼ੂ ਨੇ, ਕਿਉਂਕਿ ਜ਼ਿਆਦਾਤਰ ਪ੍ਰੋਡਿਊਸਰ ਪਿੱਛੇ ਹੀ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਉਹਨਾਂ ਨੂੰ ਉਹਨਾਂ ਦੇ ਐਕਟਰ ਗੱਲ ਕਰਨ, ਡਾਇਰੈਕਟਰ ਗੱਲ ਕਰ ਰਿਹਾ, ਅਤੇ ਮੈਨੂੰ ਲੱਗਦਾ ਵੀ ਬਹੁਤ ਦਲੇਰੀ ਵਾਲਾ ਕੰਮ। ਸਾਰੇ ਪ੍ਰੋਡਿਊਸਰ ਲਾ ਜਾਓ ਪ੍ਰੋਡਿਊਸਰ, ਹਾਂ ਇਹਨਾਂ ਨੇ ਆਪਣੀ ਸਾਰੀ ਹੱਕ ਸੱਚ ਦੀ ਸਾਰੀ ਕਮਾਈ ਆ ਜਿਹੜੀ ਇਸ ਫਿਲਮ 'ਤੇ ਲਾਈ ਹੋਈ ਆ। ਅਤੇ ਸਭ ਤੋਂ ਵੱਡੀ ਗੱਲ, ਪਹਿਲੀ ਵਾਰ ਇਹ ਪ੍ਰੋਡਿਊਸਰ ਨੇ, ਪਰ ਇਹਦੇ ਬਾਵਜੂਦ ਬਹੁਤ ਪ੍ਰੋਫੈਸ਼ਨਲ ਨੇ, ਤਾਂ ਇਹ ਉਹ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਕਦੇ ਡਾਇਰੈਕਟਰ ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਕੀਤੀ, ਕਿਸੇ ਪਾਰਟ 'ਚ ਦਖਲਅੰਦਾਜ਼ੀ ਨਹੀਂ, ਕੋਈ ਸਟਾਰ ਕਾਸਟ ਨਾਲ ਨਹੀਂ ਸੀ ਇਹਨਾਂ ਨੂੰ। ਇਹ ਕਹਿੰਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤਾਂ ਹੀ ਉਹ ਸਾਰੇ ਕਿਰਦਾਰਾਂ ਮੁਤਾਬਕ ਐਕਟਰ ਚੁਣੇ ਗਏ, ਅਤੇ ਨਹੀਂ ਤਾਂ ਪ੍ਰੋਡਿਊਸਰਾਂ ਦੀਆਂ ਆਪਦੀਆਂ ਨੀਅਤਾਂ ਕੁਛ ਹੋਰ ਹੁੰਦੀਆਂ ਨੇ, ਇਰਾਦੇ ਕੁਛ ਹੋਰ ਹੁੰਦੇ ਨੇ, ਤਾਂ ਕਾਸਟ ਜਿਹੜੀ ਉਹ ਪਰਫੈਕਟ ਹੁੰਦੀ ਨਹੀਂ ਕਰੇ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਇਹਨਾਂ ਵਾਸਤੇ ਵੀ ਤਾੜੀਆਂ ਸਾਰਿਆਂ ਵਾਸਤੇ, ਸੁਨੀਲ ਬਾਂਸਲ ਜੀ, ਆਸ਼ੂ ਸ਼ੇਫਾਲੀ, ਇਤੁਸ਼ ਪ੍ਰਾਪਤੀ ਪਿੱਛੇ ਖੜ੍ਹੇ ਨੇ, ਤਾਂ ਬੈਕ ਦੀ ਕੈਮਰਾ ਕੰਮ ਕਰ ਰਹੇ ਨੇ ਸਾਰੇ, ਹੈ ਨਾ। ਤਾਂ ਈਪੀ ਸਾਡੇ ਸੁਨੀਲ ਪਟਵਾਰੀ ਜੀ, ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਆਉਣ ਵਾਸਤੇ। ਬਸ ਤੁਸੀਂ ਸਾਥ ਦਿਓ, ਇਹ ਗੱਲ ਲੋਕਾਂ ਤੱਕ ਪਹੁੰਚਾਓ। ਅਤੇ ਇੱਕ ਨਾ ਮੈਂ ਗੱਲ ਕਹਿਣਾ ਚਾਹੁੰਦੀ ਹਾਂ, ਬਿਲਕੁਲ ਬਾਇਸ ਨਾ ਹੋ ਕੇ ਕਿ ਮੈਂ ਫਿਲਮ 'ਚ ਸੀਗੀ, ਮੈਂ ਇਹਦਾ ਪਾਰਟ ਸੀਗੀ, ਮਤਲਬ ਪਾਵਰ ਸਾਰਿਆਂ ਨੇ ਦਿਖਾਈ ਹੈ, ਹੈ ਨਾ, ਅੱਜ ਤੱਕ ਮੂਵੀਜ਼ ਦੇ ਵਿੱਚ ਪਾਵਰ ਨੂੰ ਕਿਵੇਂ ਯੂਜ਼ ਕਰਨਾ ਆ, ਹੈ ਨਾ, ਅਤੇ ਉਹਦਾ ਯੂਜ਼ ਕਿਵੇਂ ਕਰਨਾ, ਜਿਵੇਂ ਸਾਨੂੰ ਸਾਡੇ ਗੁਰੂਆਂ ਨੇ ਦਿਖਾਇਆ ਸੀਗਾ ਕਿ ਪਾਵਰ ਸ਼ਸਤਰ ਚੁੱਕਣੇ ਹੈ ਅਤੇ ਕਦੋਂ ਚੁੱਕਣੇ ਹੈ ਅਤੇ ਕਿਵੇਂ ਚੁੱਕਣੇ ਹੈ, ਠੀਕ ਹੈ। ਇੱਥੇ ਕੁਛ ਮਤਲਬ ਸਾਡੇ ਆਸ ਪਾਸ ਕੁਛ ਮਰੇ ਹੋਏ ਲੋਕ ਨੇ ਜਿਹੜੇ ਸਾਡੇ ਵਰਗੇ ਜਿਉਂਦਿਆਂ ਨੂੰ ਆਪਣੇ ਵਰਗਾ ਮਰੇ ਹੋਏ ਬਣਾਉਣਾ ਚਾਹੁੰਦੇ ਆ, ਹੈ ਨਾ, ਅਤੇ ਉਹਨਾਂ ਵਾਸਤੇ ਉਹਨਾਂ ਨੂੰ ਆਪਣਾ ਜਿਉਣਾ ਸਾਡੀ ਹੋਂਦ ਦਿਖਾਉਣ ਵਾਸਤੇ ਕਈ ਵਾਰ ਹੌਕੀ ਵੀ ਚੁੱਕਣੀ ਪੈਂਦੀ ਹੈ, ਅਤੇ ਉਹ ਜ਼ਿੰਦਾ ਹੈ ਅਤੇ ਜ਼ਿੰਦਾ ਦਿਖਣਾ ਜ਼ਰੂਰੀ, ਉਹ ਇਸ ਮੂਵੀ ਨੇ ਬਾਖੂਬੀ ਦਿਖਾਇਆ, ਅਤੇ ਸਾਰਿਆਂ ਨੂੰ ਮੈਂ ਵੀ ਦਰਖਾਸਤ ਕਰਾਂਗੀ ਜ਼ਰੂਰ ਇੱਕ ਵਾਰ ਤਾਂ ਵੇਖਣੀ ਚਾਹੀਦੀ ਹੈ ਨਾ, ਜੇ ਮਤਲਬ ਬੁਰਾ ਵੀ ਕਹਿਣਾ ਹੈ ਕੁਛ ਵੀ ਕਹਿਣਾ, ਚੰਗੇ ਕ੍ਰਿਟਿਕ 'ਤੇ ਬਣੋ ਅਤੇ ਇੱਕ ਵਾਰੀ ਜ਼ਰੂਰ ਵੇਖ, ਜ਼ਰੂਰ ਵੇਖਣਾ। ਮੈਂ ਦੋ ਗੱਲਾਂ ਕਹੂੰਗਾ, ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਸਾਡੀ ਕਾਨਫਰੰਸ ਆ, ਇਹ ਸਿਰਫ ਕਾਨਫਰੰਸ ਨਹੀਂ ਆ, ਇਹ ਸਾਡੇ ਵੱਲੋਂ ਸਾਰੇ ਪੰਜਾਬ ਨੂੰ ਇੱਕ ਵੰਗਾਰ ਆ, ਇੱਕ ਵੰਗਾਰ ਆ ਉਸ ਖਾਲਸ ਪੰਜਾਬ ਨੂੰ, ਉਹ ਜਿਹੜੀ ਖਾਲਸ ਪੰਜਾਬੀ ਦੇ ਵਿੱਚ ਸਪਿਰਿਟ ਆ, ਜਿਹੜੀ ਹਮੇਸ਼ਾ ਐਕਸਪੈਰੀਮੈਂਟ ਕਰਨ ਲਈ ਇਹ ਜਿਹੜੀ ਸਪੇਸ ਆ ਪੰਜਾਬ ਦੀ ਧਰਤੀ ਤਿਆਰ ਰਹਿੰਦੀ ਆ। ਜਿਵੇਂ ਪੋਲੀਟਿਕਸ ਦੇ ਵਿੱਚ ਵੀ ਵੇਖਿਆ ਕਿਵੇਂ ਮਿੰਟ ਦੇ ਮਿੰਟ ਸਰਕਾਰਾਂ ਬਦਲਦੀਆਂ ਨੇ, ਸੋ ਸਾਡੀ ਉਹ ਸਿੱਧੀ ਤੁਹਾਡੇ ਜ਼ਰੀਏ ਸਾਰੇ ਪੰਜਾਬ ਨੂੰ ਵੰਗਾਰ ਆ ਕਿ ਅਸੀਂ ਤੁਹਾਡੇ ਆਪਣੇ ਭਰਾ ਭੈਣ, ਇੱਕ ਬੜੀ ਖਾਲਸ ਚੀਜ਼ ਇਸ ਧਰਤੀ ਦਾ, ਬੜਾ ਹੀ ਸੋਹਣਾ, ਬੜਾ ਹੀ ਐਕਸਟ੍ਰੀਮ ਦਾ ਅਤੇ ਬੜਾ ਸਿਖਰ ਦਾ ਰੰਗ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ, ਅਤੇ ਤੁਸੀਂ ਆਓ ਅਤੇ ਆਪਾਂ ਇਕੱਠੇ ਹੋ ਕੇ ਇਸ ਰੰਗ ਨੂੰ ਮਾਨੀਏ। ਅਤੇ ਦੂਜੀ ਗੱਲ, ਉਹਨਾਂ ਵਾਸਤੇ ਜਿਹੜੇ ਸਾਡੇ ਰੁਕਾਵਟਾਂ ਬਣ ਰਹੇ ਨੇ, ਤੁਸੀਂ ਸਾਰਿਆਂ ਨੇ ਉਹ ਵਹਿੰਦਾ ਦਰਿਆ ਵੇਖਿਆ ਨਾ, ਅਤੇ ਜਦੋਂ ਉਹ ਦਰਿਆ ਆਪਣੇ ਪੂਰੇ ਸਿਖਰ 'ਤੇ ਵਹਿੰਦਾ ਆ, ਵਿੱਚ ਮਿੱਟੀ ਵੀ ਖੜਦੀ ਆ, ਪੱਥਰ ਵੀ ਆਉਂਦੇ ਆ, ਪਰ ਕਦੇ ਦਰਿਆ ਰੁਕਦਾ ਨਹੀਂ ਆ, ਸੋ ਉਹਨਾਂ ਰੋਕਣ ਵਾਲਿਆਂ ਦੀ ਔਕਾਤ ਉਹ ਸਿਰਫ ਮਿੱਟੀ ਦੀ ਆ, ਪਾਣੀ ਅਸੀਂ ਤਾਂ ਵਹਿ ਹੀ ਜਾਣਾ ਹੈ। ਸੋ ਸਾਰਾ ਪੰਜਾਬ ਸਾਡਾ ਇਸ ਦਰਿਆ ਦੇ ਨਾਲ ਇਕੱਠੇ ਵਹੀਏ, ਸੋ ਸਾਡੀ ਇਹ ਵੰਗਾਰ ਆ। ਅਵਤਾਰ ਪਾਸ਼ ਹੈ, ਇਨਕਲਾਬੀ ਕਵੀ ਹੈ, ਉਹ ਲਿਖਦਾ ਹੈ ਕਿ
ਤੂਫਾਨਾਂ ਨੇ ਕਦੇ ਮਾਤ ਨਹੀਂ ਖਾਧੀ, ਤੁਹਾਡੇ ਸ਼ਾਮਿਆਨੇ ਅੱਜ ਵੀ ਡਿੱਗੇ ਅਤੇ ਭਲਕ ਵੀ ਡਿੱਗੇ। ਔਰ ਮੈਂ ਇਹ ਸਮਝਦਾ ਡਾਇਰੈਕਟਰ ਸਾਹਿਬ, ਪ੍ਰੋਡਿਊਸਰ ਸਾਹਿਬਾਨ, ਤਹਿਜੀਬ ਫਿਲਮਜ਼ ਵਾਲੇ ਬਾਈ ਦੇਬੀ ਹੋਰੀ, ਇਹਨਾਂ ਨੇ ਜਿਹੜੀ ਫਿਲਮ ਬਣਾਈ ਆ ਉਹ ਬਿਜ਼ਨਸ ਮਾਇੰਡ ਤੋਂ ਫਿਲਮ ਨਹੀਂ ਬਣਾਈ, ਇਹਨਾਂ ਨੇ ਫਿਲਮ ਬਣਾਈ ਹੈ ਐਕਚੁਅਲ। ਐਕਚੁਅਲ 'ਚ ਫਿਲਮ ਹੁੰਦੀ ਕੀ ਆ, ਔਰ ਜਿਹੜਾ ਕਲਾ ਦਾ ਅਸਲ ਨਮੂਨਾ ਪੇਸ਼ ਕੀਤਾ ਤੁਹਾਡੇ ਸਾਹਮਣੇ। ਔਰ ਮੈਂ ਜਿਹੜਾ ਤੁਸੀਂ ਫਿਲਮ ਦੇ ਵਿੱਚ ਦੇਖਿਆ ਕਿ ਜਿਹੜੀ ਜਵਾਨੀ ਆ ਜਦੋਂ ਆਪਣੇ ਰੌ 'ਚ ਆਉਂਦੀ ਹੈ ਉਹ ਸਭ ਕੁਝ ਪਲਟ ਕੇ ਰੱਖ ਦਿੰਦੀ ਹੈ। ਉਹ ਕਰਤਾਰ ਸਰਾਭੇ ਨੇ ਵੀ ਕੀਤਾ, ਭਗਤ ਸਿੰਘ ਹੋਰਾਂ ਨੇ ਵੀ ਕੀਤਾ, ਉਹਦੇ ਸਾਥੀਆਂ ਨੇ ਵੀ ਕੀਤਾ। ਔਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਕਲਾ ਦੇ ਪੱਧਰ ਨੂੰ ਸਮਝਦੇ ਨਹੀਂ ਹੈਗੇ ਬੰਦੇ, ਜਿਨ੍ਹਾਂ ਨੇ ਕਲਾ ਨੂੰ ਹਲੇ ਪੂਰੀ ਤਰ੍ਹਾਂ ਸਮਝਿਆ ਨਹੀਂ ਹੈਗਾ ਕਿ ਕਲਾ ਦਾ ਅਸਲ ਰੂਪ ਹੁੰਦਾ ਕੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਸ਼ੀਸ਼ੇ ਟੁੱਟ ਰਹੇ ਆ, ਉਹ ਸ਼ੀਸ਼ੇ ਨਹੀਂ ਟੁੱਟ ਰਹੇ, ਉਹ ਗੰਦੀ ਰਾਜਨੀਤੀ ਦੇ ਮਹਿਲ ਟੁੱਟ ਰਹੇ ਆ। ਔਰ ਹੈਪੀ ਵੀਰੇ ਦਾ, ਪ੍ਰੋਡਿਊਸਰ ਸਾਹਿਬਾਨ ਦਾ, ਤਹਿਜੀਬ ਫਿਲਮ ਵਾਲੇ ਸਾਥੀਆਂ ਦਾ, ਅਸੀਂ ਸਾਡੀ ਇਹ ਆਖਰੀ ਅਤੇ ਲਾਸਟ ਫਿਲਮ ਨਹੀਂ ਹੈਗੀ, ਪਰ ਇਮਾਨਦਾਰੀ ਨਾਲ ਕਹਿ ਰਹੇ ਹਾਂ ਕਿ ਅਸੀਂ ਬਹੁਤ ਪ੍ਰਾਊਡ ਫੀਲ ਕਰ ਰਹੇ ਹਾਂ ਵੀਰੇ, ਲਵ ਯੂ, ਤੁਸੀਂ ਸਾਨੂੰ ਯਾਰ ਮੌਕਾ ਦਿੱਤਾ, ਥੈਂਕ ਯੂ ਸਰ, ਥੈਂਕ ਯੂ। ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਗੱਲਾਂ ਸਾਰੀਆਂ ਹੋ ਗਈਆਂ ਨੇ, ਸਾਰਿਆਂ ਨੇ ਸਭ ਕੁਛ ਕਹਿ ਦਿੱਤਾ, ਵੀ ਹੁਣ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈਗਾ ਐਕਚੁਅਲ 'ਚ ਤੁਹਾਡਾ ਮੀਡੀਆ ਦਾ, ਤੁਸੀਂ ਚੀਜ਼ ਨੂੰ ਕਿਵੇਂ ਹੁਣ ਪੇਸ਼ ਕਰਦੇ ਹੋ ਸੋਸ਼ਲ ਮੀਡੀਆ 'ਤੇ, ਕਿਵੇਂ ਇਹਨੂੰ ਤੁਸੀਂ ਦਿਖਾਉਂਦੇ ਹੋ ਲੋਕਾਂ ਤੱਕ, ਕਿਵੇਂ ਪਹੁੰਚਾਉਂਦੇ ਹੋ ਤੁਸੀਂ ਆਪ, ਤੁਹਾਨੂੰ ਦਿਖਾਉਣ ਦਾ ਮਤਲਬ ਹੀ ਇਹੀ ਸੀ ਜਦੋਂ ਆਪਾਂ ਡਿਸਾਈਡ ਕੀਤਾ ਸੀ ਬਾਈ ਹੁਣ ਵੀ ਯਾਰ ਆਪਾਂ ਮਿਹਨਤ ਕੀਤੀ ਅਤੇ ਆਪਾਂ ਦਿਖਾਉਂਦੇ, ਬਾਕੀ ਹੁਣ ਆਪੇ ਪਤਾ ਲੱਗ ਜਾਣਾ, ਆਪਾਂ ਕੋਈ ਲੁਕਾ ਤਾਂ ਰੱਖਣਾ ਨਹੀਂ ਕਿ ਆਪਾਂ ਕਹਾਂਗੇ ਤੁਹਾਨੂੰ ਵੀ ਤੁਸੀਂ ਐਂ ਕੱਟ ਕੇ ਇਹ ਲਾ ਦਿਓ ਜੀ, ਇਹ ਕਵਰ ਕਰ ਲਿਓ, ਆਪਾਂ ਤਾਂ ਸ਼ੇਅਰ ਆਮ ਕਹਿੰਦੇ ਤੁਸੀਂ ਦੇਖੀ ਹੈ, ਜੋ ਤੁਹਾਨੂੰ ਐਗਜੈਕਟ ਫੀਲ ਆਈ ਹੈ ਤੁਹਾਡੇ ਅੰਦਰ ਜੋ ਚੱਲਿਆ ਤੁਸੀਂ ਉਹੀ ਲਿਖ ਦਿਓ, ਉਹੀ ਛਾਪ ਦਿਓ, ਸਾਨੂੰ ਇੰਨਾ ਕੀ ਚਾਹੀਦਾ, ਸਾਡੀ ਮਿਹਨਤ ਜਿਹੜੇ ਲੈਵਲ 'ਤੇ ਆਪਾਂ ਕੀਤੀ ਹੈ ਉਸ ਲੈਵਲ 'ਤੇ ਤੁਸੀਂ ਅੱਗੇ ਲੈ ਕੇ ਆਓ, ਬਾਕੀ ਪਰਮਾਤਮਾ ਕਿਰਪਾ ਕਰੇ ਲੋਕ ਆਪਣੇ ਆਪ ਹੀ ਆਉਣ। ਥੈਂਕ ਹਾਂਜੀ ਕਵੀ ਜੀ ਬੋਲੋਗੇ, ਮੈਂ ਉਹੀ ਕਹੂੰਗਾ ਵੀ ਅਸੀਂ ਫਿਲਮ ਬਣਾਈ ਹੈ ਅਤੇ ਉਹ ਫਿਲਮ ਲੋਕਾਂ ਤੱਕ ਪਹੁੰਚ ਲੈਣ ਤੋਂ ਅਸੀਂ ਬਹੁਤ ਕੌਨਫੀਡੈਂਟ ਹਾਂ ਫਿਲਮ ਨੂੰ ਲੈ ਕੇ, ਜਿਨ੍ਹਾਂ ਲੋਕਾਂ ਨੇ ਵੇਖੀ ਆ ਉਹਨਾਂ ਨੇ ਲਿਖਿਆ ਫਿਲਮ ਬਾਰੇ ਜਾਂ ਗੱਲਾਂ ਕੀਤੀਆਂ ਸਾਡੀ ਵਾਲਸ 'ਤੇ ਪਈਆਂ, ਤੁਸੀਂ ਉਹ ਚੈੱਕ ਕਰ ਲਿਓ ਜੇ ਕਿਸੇ ਤੱਕ ਫਿਲਮ ਨਹੀਂ ਪਹੁੰਚੀ, ਬਸ ਫਿਲਮ ਜ਼ਰੂਰ ਵੇਖੋ। ਆਪਾਂ ਬਹੁਤ ਵੱਡੀਆਂ ਗੱਲਾਂ ਕਰਦੇ ਹਾਂ ਆਪਾਂ ਸਾਰੇ ਕਿ ਚੰਗਾ ਚੰਗਾ ਸਿਨੇਮਾ ਨਹੀਂ ਬਣ ਰਿਹਾ, ਆਪਾਂ ਸਾਰੇ, ਮੈਂ ਵੀ ਉਹਦਾ ਪਾਰਟ ਹਾਂ, ਅਤੇ ਜੇ ਹੁਣ ਚੰਗਾ ਸਿਨੇਮਾ ਬਣਿਆ ਤਾਂ ਮੈਨੂੰ ਲੱਗਦਾ ਪਲੀਜ਼ ਉਹਨੂੰ ਵੇਖੋ ਤਾਂ ਜੋ ਅੱਗੇ ਬਣੇ, ਜੇ ਪੰਜਾਬ ਮਿਊਜ਼ਿਕ ਦੀ ਤਰ੍ਹਾਂ ਅੱਗੇ ਵੇਖਣਾ ਤਾਂ ਇੱਦਾਂ ਦਾ ਸਿਨੇਮਾ ਸਪੋਰਟ ਕਰਨਾ ਪੈਣਾ ਆ, ਅਤੇ ਜੇ ਕਰੋਗੇ ਤਾਂ ਅਸੀਂ ਜਿਉਂਦੇ ਰਹਾਂਗੇ, ਨਾ ਕਰੋਗੇ ਤਾਂ ਇੱਕ ਫਿਲਮ ਬਣੀ ਆ, ਨਹੀਂ ਤਾਂ ਜੋ ਬਣ ਰਿਹਾ ਉਹ ਬਣਦੇ ਰਹੋ। ਕਲਾ ਮਰੀ ਹੈ ਕਦੇ, ਤੂਫਾਨਾਂ ਨੇ ਮਾਰ ਖਾਧੀ ਹੈ ਕਦੇ? ਨਹੀਂ ਨਹੀਂ ਉਹ ਤਾਂ ਨਹੀਂ, ਮੈਨੂੰ ਇੱਕ ਮਿੰਟ ਮੈਂ ਕੁਛ ਕਹਿਣਾ ਚਾਹੁੰਦਾ। ਦੇਖੋ ਸਾਰੇ ਬੰਦਿਆਂ ਨੇ ਸਾਰੀਆਂ ਗੱਲਾਂ ਕੀਤੀਆਂ ਕਿ ਅਸੀਂ ਇਸ ਲਾਈਨ ਦੇ ਵਿੱਚ ਬਹੁਤ ਨਵੇਂ ਸੀਗੇ, ਨਾ ਤਾਂ ਅਸੀਂ ਪਹਿਲਾਂ ਪ੍ਰੋਡਿਊਸਰ ਸੀਗੇ ਨਾ ਅਸੀਂ ਅੱਜ ਪ੍ਰੋਡਿਊਸਰ ਹਾਂ। ਬਹੁਤ ਵਾਰੀ ਮੈਂ ਇਹ ਗੱਲ ਕਹੀ ਹੈ ਕਿ ਇਹ ਫਿਲਮ ਅਸੀਂ ਨਹੀਂ, ਲੋਕਾਂ ਨੇ ਨਹੀਂ ਬਣਾਈ ਜਿਹੜੀ, ਇਹ ਫਿਲਮ ਤਾਂ ਉੱਪਰੋਂ ਹੀ ਉਤਰੀ ਹੈ, ਨਾ ਸਾਡੇ ਕੋਲ ਪੈਸੇ ਸੀਗੇ। ਆਸ਼ੂ ਵੀਰਾ ਹੈ ਸਾਡਾ, ਦੇਖੋ ਜਰਮਨੀ ਤੋਂ ਮੁੰਡਾ ਆਇਆ ਸੀਗਾ, ਹੈਪੀ ਵੀਰੇ ਦਾ ਬਹੁਤ ਪੁਰਾਣਾ ਦੋਸਤ ਹੈ ਜੀ। ਜਦੋਂ ਅਸੀਂ ਸਟਾਰਟ ਕੀਤੀ ਸੀਗੀ ਮੈਂ ਵੀਰੇ ਨੂੰ ਕਹਿੰਦਾ ਕਿ 5 ਲੱਖ ਰੁਪਈਆ ਹੈਗਾ ਵੀਰੇ ਫਿਲਮ ਬਣ ਜੂਗੀ, ਇਹ ਕਹਿੰਦੇ ਇੱਕ ਹੁੱਤੀ ਵਾਹ ਦੇਖਦੇ ਹਾਂ ਕੀ ਬਣਦਾ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਜੀ ਕੀ ਹੋਇਆ, ਫਿਲਮ ਬਣ ਗਈ। ਜਦੋਂ ਅਸੀਂ ਸੋਚਿਆ ਦੋਨਾਂ ਭਰਾਵਾਂ ਨੇ ਕਿ ਆਪਾਂ ਕਿੱਥੇ ਪੈਸਾ ਲਗਾ ਰਹੇ ਹਾਂ, ਤਾਂ ਮੈਨੂੰ ਇਹ ਕਹਿਣ ਲੱਗੇ ਕਹਿੰਦੇ ਵੀਰੇ ਚਿੰਤਾ ਨਾ ਕਰ, ਆਪਾਂ ਇੱਕ ਮੈਸੇਜ ਆਪਾਂ ਨੂੰ ਚੰਗਾ ਲੱਗਿਆ, ਇੱਕ ਵੀ ਯੂਥ ਦਾ ਬੰਦਾ ਸੁਧਰ ਜੇ
10 ਬੰਦੇ ਵੀ ਸੁਧਰ ਜਾਣ ਤਾਂ ਆਪਣੇ ਪੈਸੇ ਪੂਰੇ ਹੋ ਜਾਣਗੇ, ਪਰ ਉਹਦੇ ਵਾਸਤੇ ਲੋਕ ਸਿਨੇਮੇ ਤੱਕ ਤਾਂ ਆਉਣ, ਦੇਖ ਤਾਂ ਲੈਣ। ਸਾਡੇ ਪੈਸੇ ਦਾ ਸਾਨੂੰ ਕੋਈ ਦਰਦ ਨਹੀਂ ਹੈ ਜੀ, ਰੱਬ ਨਹੀਂ ਦਿੱਤਾ ਸੀਗਾ ਫਿਰ ਦੇ ਦੂਗਾ, ਪਾਰਟ 2 ਵੀ ਬਣੂਗਾ। ਗੱਲ ਤਾਂ ਪੂਰੀ ਹੀ ਕਹਿ ਕੇ ਹਟਾ ਕੇ, ਤੁਹਾਡੇ ਨਾਲ ਖੜੇ ਵੀਰ ਪੂਰੀ ਹੀ ਕਹਿ ਕੇ ਹਟਾ ਕੇ। ਬਾਈ ਬਹੁਤ ਬਹੁਤ ਮੁਬਾਰਕਾਂ, ਬਹੁਤ ਸੋਹਣੀ। ਥੈਂਕ ਯੂ ਵੀਰੇ। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਆਡੀਅੰਸ ਨਾਲ? ਮੈਂ ਇਹ ਕਹਿਣਾ ਚਾਹੁੰਦਾ ਕਿ ਬਹੁਤ ਮਿਹਨਤ ਕਰਕੇ ਪ੍ਰੀ ਤੋਂ ਪੋਸਟ ਤੇ ਸ਼ੂਟ ਤੱਕ ਲੈ ਕੇ ਆਏ, ਉਹ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦੇ ਵੀ ਫਿਲਮ ਜ਼ਰੂਰ ਦੇਖਣ ਆਇਓ, ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ। ਸਰ ਕਿਵੇਂ ਲੱਗੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਮੂਵੀ ਹੈ, ਮੈਂ ਹੀ ਪ੍ਰੋਡਿਊਸ ਕੀਤੀ ਹੈ। ਅਤੇ ਸਾਰੀ ਲੋਕਾਂ ਨੂੰ ਅਪੀਲ ਹੈ ਕਿ ਇੱਕ ਵਾਰੀ ਸਿਨੇਮੇ 'ਚ ਆ ਕੇ ਜ਼ਰੂਰ ਦੇਖੋ ਤਾਂ ਤੁਹਾਨੂੰ ਕੰਟੈਂਟ ਦਾ ਪਤਾ ਲੱਗੇਗਾ, ਤਾਂ ਅੱਗੇ ਪ੍ਰਮੋਟ ਕਰ ਸਕੋਗੇ। ਥੈਂਕ ਯੂ ਵੀਰੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਮੂਵੀ ਸਾਨੂੰ ਤਾਂ ਤੁਹਾਡਾ ਸਾਰਿਆਂ ਦਾ ਕੰਮ ਬਹੁਤ ਵਧੀਆ ਲੱਗਿਆ, ਬਹੁਤ ਹੀ ਅੱਛੀ ਦਿਲੋਂ ਬਣਾਈ ਫਿਲਮ ਹੈ ਇੱਕ, ਔਰ ਜਿਹੜੀ ਚੀਜ਼ ਦਿਲੋਂ ਬਣਾਈ ਜਾਂਦੀ ਆ ਉਹ ਲੋਕਾਂ ਦੇ ਦਿਲਾਂ ਤੱਕ ਪਹੁੰਚਦੀ ਹੈ ਜੀ। ਇੱਕ ਯੂਨੋ ਐਪਿਕ ਮੂਵੀ ਅਸੀਂ ਕਹਿ ਸਕਦੇ ਹਾਂ, ਬਿਲਕੁਲ ਸੱਚੀ। ਪੂਰਾ ਕੈਨਵਸ ਇੱਕ ਇੱਕ ਮੂਮੈਂਟ ਬਹੁਤ ਹੀ ਹੈਪੀ ਨੇ ਖੂਬਸੂਰਤੀ ਨਾਲ ਫੜਿਆ। ਸਤਿ ਸ਼੍ਰੀ ਅਕਾਲ ਇਸ਼ਾ, ਕਿਵੇਂ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਬਹੁਤ ਸੋਹਣੀ ਮੂਵੀ ਸੀ, ਬਹੁਤ ਸੋਹਣਾ ਕੰਮ ਸੀ ਤੁਹਾਡੇ ਸਾਰਿਆਂ ਦਾ, ਤੁਸੀਂ ਅੱਜ ਆਡੀਅੰਸ ਦੇ ਵਿੱਚ ਬੈਠ ਕੇ ਦੇਖੀ, ਹੈ ਨਾ, ਕਿਵੇਂ ਦਾ ਲੱਗਿਆ? ਜਦ ਰਿਐਕਸ਼ਨ ਆ ਰਹੇ ਸੀ ਕੂਕਾਂ ਵੱਜ ਰਹੀਆਂ ਸੀ, ਮੈਂ ਆਪ ਬੜੀ ਹੂਟਿੰਗ ਕਰ ਰਹੀ ਸੀਗੀ। ਮੈਨੂੰ ਲੱਗਦਾ ਲਾਸਟ ਟਾਈਮ ਆਈ ਥਿੰਕ ਅਰਦਾਸ 'ਚ, ਅਤੇ ਉਸ ਤੋਂ ਬਾਅਦ ਹੁਣ ਆਈ ਵਾਜ਼ ਸੋ ਐਕਸਾਈਟਿਡ, ਐਂਡ ਜਦੋਂ ਮੈਂ ਪੂਰੀ ਲਾਈਕ 2 ਘੰਟੇ 40 ਮਿੰਟ ਪਤਾ ਵੀ ਨਹੀਂ ਲੱਗੇ ਮੈਨੂੰ, ਐਂਡ ਆਈ ਥਿੰਕ ਮੈਂ ਆਪਣੇ ਪਹਿਲਾਂ ਕਿਸੇ ਇੰਟਰਵਿਊ 'ਚ ਕਿਹਾ ਵੀ ਸੀਗਾ ਕਿ ਪ੍ਰੀਮੀਅਰ ਤੋਂ ਬਾਅਦ, ਫਿਲਮ ਤੋਂ ਬਾਅਦ ਯੂਨੋ ਬਹੁਤ ਔਖਾ ਹੋ ਜਾਂਦਾ ਜਦੋਂ ਫਿਲਮ ਚੰਗੀ ਨਹੀਂ ਹੁੰਦੀ, ਲੇਕਿਨ ਜਦੋਂ ਫਿਲਮ ਬਹੁਤ ਚੰਗੀ ਹੁੰਦੀ ਹੈ ਨਾ ਤਾਂ ਉਹਦਾ ਐਕਸਾਈਟਮੈਂਟ ਲੈਵਲ ਆਈ ਥਿੰਕ ਤੁਸੀਂ ਮੇਰੀ ਸ਼ਕਲ 'ਤੇ ਦੇਖ ਸਕਦੇ ਹੋ। ਮੈਨੂੰ ਲੱਗਦਾ ਮੈਨੂੰ ਵੀ ਇਹ ਬਹੁਤ ਟਾਈਮ ਬਾਅਦ ਮੂਵੀ ਆਈ ਜੀ, ਮੀਡੀਆ ਨੇ ਵੀ ਕੂਕਾਂ ਮਾਰੀਆਂ ਅੱਜ। ਰਾਈਟ ਰਾਈਟ ਰਾਈਟ, ਆਈ ਵਾਜ਼ ਸੋ ਐਕਸਾਈਟਿਡ, ਆਈ ਮੀਨ ਮੈਂ ਦੇਖ ਰਹੀ ਸੀਗੀ ਸਾਰੇ ਹਰ ਸੀਨ 'ਚ ਜਿਹੋ ਜਿਹਾ ਰਿਸਪੋਂਸ ਲਾਈਕ ਸਾਰੇ ਐਕਸਪੈਕਟ ਕਰਦੇ ਆ ਉਸ ਤੋਂ ਕਿਤੇ ਵੱਧ ਸੀਗਾ, ਐਂਡ ਆਈ ਐਮ ਸੋ ਗਲੈਡ ਕਿ ਮੈਂ ਬਹੁਤ ਛੋਟਾ ਜਿਹਾ ਪਾਰਟ ਸੀਗੀ, ਬਟ ਮੈਂ ਬਹੁਤ ਖੁਸ਼ ਹਾਂ, ਪ੍ਰਾਊਡ ਫੀਲ ਕਰ ਰਹੀ ਹਾਂ ਕਿ ਮੈਂ ਇਸ ਫਿਲਮ ਦਾ ਪਾਰਟ ਹਾਂ, ਬਿਕੋਜ਼ ਫਿਲਮ ਇੰਨੀ ਮਿਹਨਤ ਨਾਲ ਅਤੇ ਇੰਨੀ ਵਧੀਆ ਫਿਲਮ ਬਣਾਈ ਹੈ, ਔਰ ਆਹ ਸਿਰਫ ਮੈਂ ਕਹਿਣ ਲਈ ਨਹੀਂ ਕਹਿ ਰਹੀ, ਐਂਡ ਇਨਫੈਕਟ ਜਿੰਨੇ ਵੀ ਆਰਟਿਸਟ ਸੀਗੇ, ਲਾਈਕ ਇੱਕ ਵੀ ਆਰਟਿਸਟ ਇਹੋ ਜਿਹਾ ਨਹੀਂ ਸੀਗਾ ਜਿੱਥੇ ਮੈਂ ਕਹਾਂ ਕਿ ਨਾ ਇੱਥੇ ਘੱਟ ਹੈ ਇੱਥੇ ਜ਼ਿਆਦਾ, ਸਾਰਾ ਕੁਝ ਬਹੁਤ ਆਊਟਸਟੈਂਡਿੰਗ ਸੀ। ਮੈਨੂੰ ਵੀ ਸਾਰੇ ਹੀ ਹੀਰੋ ਸੀਗੇ ਜਿੰਨੇ ਵੀ, ਰਾਈਟ ਰਾਈਟ ਰਾਈਟ, ਹਰ ਇੱਕ ਕੈਰੇਕਟਰ ਨੂੰ ਜਿਸ ਤਰੀਕੇ ਨਾਲ ਦਿਖਾਇਆ, ਆਈ ਥਿੰਕ ਆਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਡਾਇਰੈਕਟਰ ਦੇ ਉੱਤੇ, ਰਾਈਟਰ ਦੇ ਉੱਤੇ, ਐਂਡ ਜਿਸ ਹਿਸਾਬ ਨਾਲ ਡਾਇਲੋਗਸ ਲਿਖੇ ਹੈ, ਐਵਰੀਥਿੰਗ ਵਾਜ਼ ਅਮੇਜ਼ਿੰਗ, ਐਵਰੀਥਿੰਗ ਲਾਈਕ ਸਾਰੇ ਸੀਨ। ਥੈਂਕ ਯੂ ਸੋ ਮਚ। ਤਾਂ ਮੈਂ ਆਹੀ ਕਹੂੰਗੀ ਕਿ ਜਿੰਨਾ ਦੇਖ ਸਕਦੇ ਆ ਸਾਰੇ ਦੇਖਣ, ਬਿਕੋਜ਼ ਜਦੋਂ ਤੱਕ ਫਿਲਮ ਹੀ ਦੇਖਣਗੇ ਉਦੋਂ ਤੱਕ ਪਤਾ ਨਹੀਂ ਲੱਗੂਗਾ ਚੰਗਾ ਸਿਨੇਮਾ ਕੀ ਹੁੰਦਾ, ਹੈ ਨਾ। ਸੋ ਆਈ ਵੁੱਡ ਰਿਕੁਐਸਟ ਐਵਰੀਬਡੀ ਕਿ ਤੁਸੀਂ ਜਾ ਕੇ ਇੱਕ ਵਾਰੀ ਫਿਲਮ ਜ਼ਰੂਰ ਦੇਖੋ, ਕਿਉਂਕਿ ਚੰਗੇ ਸਿਨੇਮਾ ਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ, ਚੰਗੇ ਸਿਨੇਮਾ ਦਾ ਪਾਰਟ ਆ। ਬਿਲਕੁਲ, ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਵਧੀਆ ਮੂਵੀ ਸੀ, ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ? ਬਹੁਤ ਵਧੀਆ ਸੀ, ਅੱਜ ਕੇ ਯੁਵਾ ਵਾਸਤੇ ਬਹੁਤ ਵਧੀਆ ਮੂਵੀ ਹੈ, ਲੋਕ ਇਸ 'ਤੇ ਅਮਲ ਕਰਨਾ ਚਾਹੀਦਾ ਸੀ। ਕਿਵੇਂ ਲੱਗੀ ਭਾਈ? ਕੋਈ ਸ਼ਬਦ ਨਹੀਂ, ਐਂਡ ਕਰਤਾ, ਸਿਰਾ ਲਾਤਾ, ਐਂਡ। ਕਿਵੇਂ ਲੱਗੀ? ਬਹੁਤ ਵਧੀਆ ਵੀਰੇ। ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ? ਸਟੋਰੀ ਵੀਰੇ ਬਹੁਤ ਵਧੀਆ, ਮਜ਼ਾ ਆਇਆ, 3 ਵਾਰੀ ਦੇਖ ਲਈ ਆ, ਪਤਾ ਨਹੀਂ ਕਨੇਰੀ ਦੇਖਣੀ। ਕਿਵੇਂ ਲੱਗੀ ਭਾਈ? ਭਾਈ ਫਿਲਮ ਬਹੁਤ ਵਧੀਆ, ਯੂਥ ਜਿਹੜਾ ਚੀਕਾਂ ਮਾਰ ਮਾਰ ਦੇਖਦਾ ਫਿਲਮਾਂ ਨੂੰ, ਬਿਲਕੁਲ। ਐਕਸਲੈਂਟ, ਬਹੁਤ ਅੱਛੀ, ਬਹੁਤ ਅੱਛੀ। ਕਿਵੇਂ ਲੱਗੀ? ਐਕਸਲੈਂਟ, ਐਕਸਲੈਂਟ। ਸਟੋਰੀ ਬਾਰੇ ਕੀ ਕਹਿਣਾ ਚਾਹੁੰਦੇ? ਸਟੋਰੀ ਅਲਟੀਮੇਟ ਹੈ, ਸਕਰੀਨ ਪਲੇ, ਐਡੀਟਿੰਗ, ਐਵਰੀਥਿੰਗ ਇਜ਼ ਵੈਰੀ ਗੁੱਡ, ਐਕਟਰਸ ਆਰ, ਦੇਖਣੀ ਚਾਹੀਦੀ ਹੈ। ਮੈਂ ਕਹੂੰਗਾ ਸਾਰੇ ਥੀਏਟਰ ਜਾਓ ਅਤੇ ਰੋਡ ਕਾਲਜ ਜ਼ਰੂਰ ਵੇਖੋ।
ਰੋਡੇ ਕਾਲਜ ਰਾਈਟ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਮੈਂ ਤੂੰ ਬੋਲੇ ਹੀ ਨਹੀਂ ਆਣਾ ਕੀ ਹੁੰਦਾ ਨਾ ਜਦੋਂ ਸਟੂਡੈਂਟ ਲਾਈਫ ਜੀ ਬੰਦਾ ਫੇਰ ਰੋਣ ਲੱਗ ਜੂਗਾ ਕਿਵੇਂ ਲੱਗੀ ਮੇਰੇ ਕਮਾਲ ਦੀ ਚੀਜ਼ ਹੈ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਬਿਨਾਂ ਦੇਖੇ ਤਾਂ ਪਤਾ ਨਹੀਂ ਲੱਗਣਾ ਕਿਸੇ ਨੂੰ ਸਾਡੇ ਦੱਸੇ ਨਾਲ ਵੀ ਅਸੀਂ ਉਹ ਚੀਜ਼ ਨਹੀਂ ਦੱਸ ਸਕਦੇ ਜੋ ਅਸੀਂ ਦੇਖ ਕੇ ਆਏ ਹਾਂ ਇਟਸ ਵੰਡਰਫੁਲ ਬਹੁਤ ਸ਼ਾਨਦਾਰ ਹੈ ਔਰ ਸ਼ੁਰੂ ਤੋਂ ਲੱਗੇ ਇੰਨੇ ਤੱਕ ਨਾ ਅਮੇਜ਼ਿੰਗ ਮੂਵੀ ਹੈ ਅਤੇ ਬਹੁਤ ਵਧੀਆ ਸਾਰਿਆਂ ਨੇ ਮਤਲਬ ਰੋਲ ਪਲੇ ਕੀਤੇ ਹੋਏ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਦੇਖਣੀ ਚਾਹੀਦੀ ਥੈਂਕ ਯੂ ਥੈਂਕ ਯੂ ਹੈਪੀ ਭਾਜੀ ਤੁਸੀਂ ਅੱਜ ਸੱਚੀ ਰਵਾਤਾ ਮਤਲਬ ਮੀਡੀਆ ਨੂੰ ਵੀ ਰਵਾਤਾ ਔਰ ਆਡੀਅੰਸ ਵੀ ਬਾਹਰ ਜਿਹੜੀ ਨਿਕਲ ਰਹੀ ਹੈ ਰੋ ਕੇ ਨਿਕਲ ਰਹੀ ਹੈ ਮੈਂ ਬਹੁਤ ਤੁਹਾਡਾ ਧੰਨਵਾਦੀਆਂ ਵੀ ਇਹੋ ਜਿਹੀ ਫਿਲਮਾਂ ਤੁਸੀਂ ਬਣਾਉਂਦੇ ਹੋ ਅਤੇ ਸਾਨੂੰ ਦੇਖਣ ਦਾ ਮੌਕਾ ਪਤਾ ਕੀ ਹੈ ਜੀ ਮੈਨੂੰ ਲੱਗਦਾ ਅੱਜ ਤੱਕ ਟੈਲ ਟੂਡੇ ਤੱਕ ਬਤੌਰ ਡਾਇਰੈਕਟਰ ਬਤੌਰ ਐਕਟਰ ਸਾਰਿਆਂ ਦਾ ਕੰਮ ਹੋ ਗਿਆ ਜੋ ਉਹਨਾਂ ਨੇ ਅਚੀਵ ਕਰਨਾ ਸੀ ਉਹਨਾਂ ਨੇ ਕਰ ਲਿਆ ਕਿਉਂਕਿ ਪਰ ਹੁਣ ਜਿਹੜੀ ਲੜਾਈ ਆ ਅੱਗੇ ਹੈ ਨਾ ਜਿਹੜੀ ਰਿਕਵਰੀ ਫਾਈਨੈਂਸ਼ਲੀ ਲੋਕਾਂ ਤੱਕ ਫਿਲਮ ਪਹੁੰਚਣੀ ਤਾਂ ਉਹਦੇ 'ਚ ਕੁਛ ਪ੍ਰੋਬਲਮਸ ਆ ਰਹੀਆਂ ਨੇ ਕੁਛ ਪਰੇਸ਼ਾਨੀਆਂ ਚੱਲ ਰਹੀਆਂ ਨੇ ਤਾਂ ਉਹ ਅਸੀਂ ਮੀਡੀਆ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਅਤੇ ਉਹਦੀ ਸਾਨੂੰ ਲੋੜ ਤੁਹਾਡੀ ਲੋੜ ਵੀ ਪਏਗੀ ਬਿਲਕੁਲ ਤਾਂ ਮੈਂ ਚਾਹੁੰਦਾ ਇਸ ਕਰਕੇ ਸਾਨੂੰ ਹਜੇ ਚਾਅ ਨਹੀਂ ਗਾ ਅਜੇ ਬਾਹਰ ਜਾ ਕੇ ਆਪਾਂ ਗੱਲ ਕਰਦੇ ਹਾਂ ਹੈ ਨਾ ਬਿਲਕੁਲ ਤਾਂ ਅੱਜ ਜਸ਼ਨ ਦਾ ਦਿਨ ਨਹੀਂ ਗਾ ਤਾਂ ਕਿਉਂਕਿ ਸਾਨੂੰ ਇਹ ਵੀ ਨਹੀਂ ਵੀ ਅੱਗੇ ਵਾਲੇ ਹਫ਼ਤੇ ਕੌਣ ਆ ਰਿਹਾ ਜਾਂ ਉਸ ਤੋਂ ਅਗਲੇ ਹਫ਼ਤੇ ਕੌਣ ਆ ਰਿਹਾ ਅਤੇ ਮੈਨੂੰ ਲੱਗਦਾ ਸਾਡੀ ਜਿਹੜੀ ਫਾਈਟ ਅੱਜ ਸ਼ੁਰੂ ਹੋਣ ਲੱਗੀ ਹੈ ਜੀ ਬਿਲਕੁਲ ਹੈ ਨਾ ਤਾਂ ਉਹਦੇ 'ਚ ਤੁਸੀਂ ਵੀ ਸਾਡੇ ਸਾਥੀ ਬਣੋਗੇ ਜਿਹੜੇ ਜਿਹੜੇ ਸਿਨੇਮੇ ਨੂੰ ਪਿਆਰ ਕਰਦੇ ਨੇ ਅੱਜ ਆਪਾਂ ਬਾਹਰ ਗੱਲ ਕਰਦੇ ਹਾਂ ਬਹੁਤ ਵਧੀਆ ਫਿਲਮ ਬਹੁਤ ਵਧੀਆ ਸਟੋਰੀ ਇਹ ਸਟੋਰੀ ਦੇ ਵਿੱਚ ਲਿਟਰੇਚਰ ਹੈ ਜਵਾਨੀ ਦੀ ਜਿਹੜੀ ਐਨਰਜੀ ਉਹ ਸਹੀ ਪਾਸੇ ਲੱਗਦੀ ਦਿਖਾਈ ਹੈ ਕਟੀਆ ਸਿਸਟਮ ਦਿਖਾਇਆ ਬਹੁਤ ਵਧੀਆ ਫਿਲਮ ਹੈ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਯਾਰਾ ਵੀਰੇ ਵਧੀਆ ਮੂਵੀ ਬਹੁਤ ਵਧੀਆ ਸੀਗੀ ਮੈਨੂੰ ਲੱਗਦਾ ਕਨਸੈਪਟ ਬਹੁਤ ਡਿਫਰੈਂਟ ਸੀਗਾ ਹੋਣਾ ਚਾਹੀਦਾ ਇਹੋ ਜਿਹਾ ਐਗਜ਼ੀਕਿਊਸ਼ਨ ਬਹੁਤ ਅੱਛੀ ਸੀਗੀ ਬਟ ਮੈਨੂੰ ਐਂ ਲੱਗਦਾ ਕਿ ਇਹੋ ਜਿਹੇ ਟੋਪਿਕ ਨੂੰ ਐਕਸੈਪਟ ਕਰਨ ਲਈ ਸੋਸਾਇਟੀ ਨੂੰ ਜੇ ਟਾਈਮ ਚਾਹੀਦਾ ਮੈਂ ਹੁਣ ਉਹ ਟਾਈਮ ਆ ਗਿਆ ਬਹੁਤ ਵਧੀਆ ਵੈਰੀ ਨਾਈਸ ਤੁਸੀਂ ਐਜ਼ ਅ ਐਕਟਰ ਵੀ ਹੈ ਨਾ ਫਿਲਮ ਦੇਖਦੇ ਹੋ ਤਾਂ ਕੀ ਮਨ 'ਚ ਉਦੋਂ ਹੁੰਦਾ ਜਦ ਐਜ਼ ਅ ਐਕਟਰ ਦੇਖਦੇ ਹੋ ਆਡੀਅੰਸ ਨੂੰ ਛੱਡ ਵੀਰੇ ਮੈਂ ਤਾਂ ਫਿਲਮ ਨੂੰ ਐਜ਼ ਆਡੀਅੰਸ ਹੀ ਦੇਖਦਾ ਹਮੇਸ਼ਾ ਚਾਹੇ ਮੇਰੀ ਆਪਣੀ ਹੋਵੇ ਚਾਹੇ ਕੋਈ ਫਿਲਮ ਦੇਖਾਂ ਸੋ ਐਜ਼ ਆਡੀਅੰਸ ਪੁਆਇੰਟ ਮੈਨੂੰ ਫਿਲ ਐਂਟਰਟੇਨਿੰਗ ਸੀਗੀ ਅਤੇ ਕੁਛ ਨਾ ਕੁਛ ਚੀਜ਼ਾਂ ਸੱਚੀਆਂ ਦਿਖਾਈਆਂ ਕਿਤੇ ਨਾ ਕਿਤੇ ਦਿਲ ਨੂੰ ਛੂਹੀ ਹੈ ਨਾ ਬਟ ਐਜ਼ ਐਨ ਐਕਟਰ ਪੁਆਇੰਟ ਆਫ ਵਿਊ ਨਾਲ ਦੇਖਾਂ ਤਾਂ ਬਹੁਤ ਵਧੀਆ ਕੰਮ ਹੈ ਸਾਰਿਆਂ ਦਾ ਅਤੇ ਸਾਰੇ ਸੀਨੀਅਰ ਡਾਇਰੈਕਟਰ ਸੀਗੇ ਦੇਖ ਕੇ ਮਜ਼ਾ ਆਇਆ ਫਿਲਮ ਵੈਰੀ ਵੈਰੀ ਗੁੱਡ ਬਹੁਤ ਵਧੀਆ ਸੀ ਥੈਂਕ ਯੂ ਵੀਰੇ ਥੈਂਕ ਯੂ